ਸੱਜੇ ਗੱਲ ਜੀ ਸਾਰਿਆਂ ਨੂੰ ਅਸੀਂ ਬਲਬੀ ਸਟੋਰ ਪੋਸਟ ਆਫ ਚੌਂਗ ਮੋਡਲ ਟਾਊਨ ਲੁਧਿਆਣਾ ਤੋਂ ਬੋਲ ਰਹੇ ਹਾਂ ਜੀ। ਉਹ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੈ ਅਸੀਂ ਆਪਣੇ ਨਵੀਂ ਕਲੈਕਸ਼ਨ ਤੁਹਾਨੂੰ ਅਸੀਂ ਫੇਸਬੁੱਕ ਲਾਈਵ ਦੇ ਥਰੂ ਸ਼ੋਅ ਕਰਦੇ ਆ ਗਿਆ। ਉਹਦੇ ਵਿੱਚ ਅੱਜ ਇੱਕ ਨਵੀਂ ਐਡੀਸ਼ਨ ਹੈਗੀ ਆ। ਥੋੜੇ ਦੇਰ ਪਹਿਲਾਂ ਤੁਹਾਨੂੰ ਅਸੀਂ ਆਫਟਰਨੂਨ ਦੇ ਵਿੱਚ ਪਾਰਟੀ ਵੇਅਰ ਸੂਟਸ ਦਿਖਾਏ ਸੀਗੇ। ਹੁਣ ਤੁਹਾਨੂੰ ਅਸੀਂ ਸੈਮੀ ਫਾਰਮਲ ਕੈਜੂਅਲ ਕਾਟਨ ਸੂਟਸ ਦਿਖਾਵਾਂਗੇ। ਸਾਰੇ ਜਿਹੜੇ ਸੂਟਸ ਆਉਣਗੇ ਬਿਲਕੁਲ ਐਕਸਕਲੂਸਿਵ ਹੋਣਗੇ ਜੀ। ਸਾਰੇ ਸੂਟਸ ਦੇ ਵਿੱਚ ਨਵੇਂ-ਨਵੇਂ ਡਿਜ਼ਾਈਨਸ ਹੈਗੇ ਨੇ ਐਂਡ ਕਲਰਸ ਬੜੇ ਪਿਆਰੇ ਹੋਣਗੇ ਜੀ ਸਮਰ ਟੋਨਸ ਹੋਣਗੀਆਂ ਐਂਡ ਇੱਕ ਵਾਰੀ ਤੁਸੀਂ ਸਾਡੇ ਨੰਬਰਸ ਫਿਰ ਤੋਂ ਨੋਟ ਕਰ ਲਓ ਜੀ ਇਹ ਸਾਡੇ WhatsApp ਨੰਬਰਸ ਹੈਗੇ ਨੇ ਜਿਨ੍ਹਾਂ ਤੇ ਤੁਸੀਂ ਆਪਣਾ ਆਰਡਰ ਪਲੇਸ ਕਰਨਾ ਹੈਗਾ ਇਟ ਇਜ਼ ਵੈਰੀ ਈਜ਼ੀ ਟੂ ਪਲੇਸ ਐਨ ਆਰਡਰ ਵਿਦ ਅਸ ਜਿਹੜਾ ਵੀ ਤੁਹਾਨੂੰ ਸੂਟ ਅੱਛਾ ਲੱਗੇ ਮਤਲਬ ਕਿ ਤੁਹਾਨੂੰ ਕੋਈ ਵੀ ਸੂਟ ਅੱਛਾ ਲੱਗਦਾ ਜੀ ਤਾਂ ਸਾਡੇ ਵੀਡੀਓ ਚੋਂ ਸਪੋਜ਼ਿੰਗ ਦਿਸ ਵਨ ਯੂ ਕੈਨ ਕਲਿੱਕ ਅ ਸਕਰੀਨਸ਼ਾਟ ਆਫ ਇਟ ਐਂਡ ਸੈਂਡ ਅਸ ਐਟ ਆਰ WhatsApp ਨੰਬਰਸ ਤੁਹਾਡਾ ਆਰਡਰ ਬੁੱਕ ਹੋ ਜਾਏਗਾ ਜੀ ਆਲਸੋ ਤੁਸੀਂ ਆਪਣਾ ਸ਼ਿਪਿੰਗ ਐਡਰੈਸ ਵੀ ਨਾਲ ਭੇਜਣਾ ਸੋ ਦੈਟ ਵੀ ਕੈਨ ਆਲਸੋ ਗਿਵ ਯੂ ਦਾ ਆਪਸ਼ਨਸ ਫॉर ਪੇਮੈਂਟ ਠੀਕ ਹੈ ਜੀ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਹੁਣ ਦੂਸਰੀ ਵੀਡੀਓ ਸਾਡੀ ਕਾਟਨ ਦੀ ਇਹ ਬਲੈਕ ਕਲਰ ਦਾ ਸੂਟ ਆਏਗਾ ਜੀ ਇਹਦੇ ਵਿੱਚ ਸਾਰੀ ਜਿਹੜੀ ਪ੍ਰਿੰਟਿੰਗ ਹੈਗੀ ਇਹ ਮਹੇਸ਼ਵਰੀ ਦੇ ਉੱਤੇ ਪ੍ਰਿੰਟਿੰਗ ਕੀਤੀ ਹੋਈ ਹੈ ਬਹੁਤ ਹੀ ਪਿਆਰਾ ਕਾਟਨ ਦਾ ਸੂਟ ਹੈ ਪਿਓਰ ਦੇ ਵਿੱਚ ਐਂਡ ਸਾਰੀ ਜਿਹੜੀ ਪ੍ਰਿੰਟਿੰਗ ਹੈ ਜੀ ਐਸ ਯੂ ਕੈਨ ਸੀ ਹੇਅਰ ਸਾਰੀ ਕੰਟੈਂਪੋਰਰੀ ਪ੍ਰਿੰਟਿੰਗ ਆਏਗੀ ਜੀ ਇਹਦੇ ਵਿੱਚ ਨੀਚੇ ਪਹਿਲਾਂ ਮੋਟਿਵਸ ਬਣੇ ਹੋਏ ਨੇ ਇਸ ਤਰ੍ਹਾਂ 24 ਉਪਰ ਬਲੈਕ ਐਂਡ ਕਰੀਮ ਕਲਰ ਦੀ ਸਾਰੀ ਬਾਂਦੀ ਪ੍ਰਿੰਟਿੰਗ ਆਏਗੀ। ਔਰ ਇਹ ਪਿਓਰ ਮਹੇਸ਼ਵਰੀ ਕਾਟਨ ਦਾ ਸੂਟ ਹੈਗਾ ਜੀ ਸੋ ਦਾ ਫੈਬਰਿਕ ਇਜ਼ ਵੈਰੀ ਨਾਈਸ ਬਹੁਤ ਸੁਪੀਰੀਅਰ ਕੁਆਲਟੀ ਦਾ ਫੈਬਰਿਕ ਹੈ ਕਾਟਨ ਦੇ ਵਿੱਚ ਇਹ ਵਾਲਾ। ਐਂਡ ਨੋ ਡਾਊਟ ਇਹਦੇ ਚ ਲਾਈਨਿੰਗ ਲੱਗੇਗੀ। ਲਾਈਨਿੰਗ ਲੱਗਣ ਤੋਂ ਬਾਅਦ ਇਹਦੀ ਜ਼ਿਆਦਾ ਗ੍ਰੇਸ ਆਏਗੀ। ਇਸ ਤਰ੍ਹਾਂ ਤੁਸੀਂ ਇਹਦੀ ਲੌਂਗ ਸ਼ਰਟ ਬਣਾ ਸਕਦੇ ਹੋ। ਸਸ਼ਕਲ ਪੂਜਾ ਜੀ, ਜਾਨਵੀ ਜੀ ਸਸ਼ਕਲ। ਇੱਕ ਵਾਰੀ ਹੋਰ ਮੈਂ ਦੱਸਣਾ ਚਾਹੁੰਗਾ ਜੀ ਸਾਰੇ ਵਿਊਜ਼ ਨੂੰ ਜੋ ਸਾਡੇ ਨਾਲ ਨਵੇਂ ਜੁੜ ਰਹੇ ਨੇ। ਪਲੀਜ਼ ਜਿਹੜੇ ਸਾਡੇ ਸੂਟਸ ਹੈਗੇ ਨੇ ਜੀ ਇਹਨਾਂ ਦੇ ਜਿਹੜੇ ਕੁਆਂਟੀਟੀ ਆ ਬਹੁਤ ਲਿਮਟਿਡ ਹੈ ਕਿਉਂਕਿ ਤੁਹਾਨੂੰ ਪਤਾ ਪੰਜਾਬ ਵਿੱਚ ਲੋਕਡਾਊਨ ਹੈਗਾ ਸੋ ਅਸੀਂ ਆਪਣੇ ਘਰ ਦੇ ਵਿੱਚੋਂ ਹੀ ਹੋਮ ਪ੍ਰੋਵਾਈਨਸਸ ਤੋਂ ਤੁਹਾਨੂੰ ਅਸੀਂ ਸਾਰੇ ਆਰਟੀਕਲਸ ਦਿਖਾ ਰਹੇ ਹਾਂ ਸੋ ਜਿਹੜੀ ਆਰਟੀਕਲ ਦੀ ਕੁਆਂਟੀਟੀ ਇਹ ਸਭ ਦੀ ਬਹੁਤ ਘੱਟ ਹੈ ਤੁਹਾਨੂੰ ਜਿਨ੍ਹਾਂ ਨੂੰ ਅੱਛਾ ਲੱਗੇ ਨਾਲ ਨਾਲ ਤੁਸੀਂ ਸਕਰੀਨਸ਼ਾਟ ਕਲਿੱਕ ਕਰ ਲੈਣਾ ਜੀ ਬਲੈਕ ਕਲਰ ਦਾ ਸੂਟ ਹੈ ਜੀ ਇਹਦੇ ਵਿੱਚ ਕੰਟੈਂਪੋਰੀ ਪ੍ਰਿੰਟਿੰਗ ਹੈ ਇਹਦੇ ਨਾਲ ਜਿਹੜਾ ਤੁਹਾਨੂੰ ਬਾਟਮ ਮਿਲੇਗਾ ਉਹ ਆਏਗਾ ਇਸ ਤਰ੍ਹਾਂ ਦਾ ਜੀ ਰੈੱਡ ਕਲਰ ਦਾ ਬਾਟਮ ਆਏਗਾ ਬਲੱਡ ਰੈੱਡ ਕਲਰ ਦਾ ਸ਼ੋਰਟ ਦਾ ਬੈਕ ਸੀਮ ориджинал ਜਿਹੜਾ ਦੁਪੱਟਾ ਜੀ ਉਹ ਬਹੁਤ ਨਾਈਸ ਬਣਿਆ ਹੋਇਆ ਹੈ ਇਸ ਤਰ੍ਹਾਂ ਸਾਰਾ ਮੋਟਿਫ ਵਾਲਾ ਦੁਪੱਟਾ ਆਏਗਾ ਜਿਹਦੇ ਵਿੱਚ ਚਾਰੋਂ ਸਾਈਡਸ 'ਤੋਂ ਜਿਹੜੇ ਬਾਰਡਰ ਨੇ ਉਹ ਬਲੱਡ ਰੈੱਡ ਕਲਰ ਦੇ ਮਿਲਣਗੇ ਸੈਂਟਰ ਸਾਰਾ ਇਸ ਤਰ੍ਹਾਂ ਆਏਗਾ ਜੀ ਮਲਟੀ ਕਲਰ ਦਾ ਅਲੱਗ-ਅਲੱਗ ਸਾਰੇ ਮੋਟਿਵਸ ਬਨੇ ਹੋਣੇ ਇਹਦੇ ਵਿੱਚ ਨਾਓ ਥੀਸ ਕਾਈਂਡ ਆਫ ਥਿੰਗਸ ਤੁਸੀਂ ਕਿੱਥੇ ਵੀ ਵੇਅਰ ਕਰ ਸਕਦੇ ਹੋ ਥੀਸ ਲੁੱਕ ਵੈਰੀ ਗ੍ਰੇਸਫੁਲ ਤੁਸੀਂ ਆਫਿਸ ਵੇਅਰ ਯੂਜ਼ ਕਰਨਾ ਚਾਹੁੰਦੇ ਹੋ ਜਾਂ ਕੈਜੂਅਲ ਸੈਮੀ ਫਾਰਮਲ ਬਹੁਤ ਅੱਛੇ ਸੂਟ ਕਰਦੇ ਜੀ ਇਹ ਵਜੇ ਆਰਟੀਕਲਸ ਸਪੈਸ਼ਲੀ ਜਿਹੜਾ ਇਹਦਾ ਸਾਡਿਆ ਜੀ ਆਈਟੀ ਨੰਬਰ ਫਰਸਟ ਹੈ ਜੀ ਔਰ ਇਸ ਦੀ ਰੇਂਜ ਆਏਗੀ 2435 2435 ਦੀ ਰੇਂਜ ਆਏਗਾ ਜੀ ਪੀਸ ਹੈ ਬਰਾ ਚਲੋ ਜੀ ਨੈਕਸਟ ਅਗਲਾ ਤੁਹਾਨੂੰ ਦਿਖਾ ਰਿਹਾ ਜੀ ਹੁਣ ਮੈਂ ਗ੍ਰੀਨ ਕਲਰ ਦੇ ਵਿੱਚ ਇਹ ਵਾਲਾ ਕਲਰ ਹੀ ਬਹੁਤ ਸਮਾਰਟ ਹੈ ਇਸ ਦੇ ਨਾਲ ਡਿਜ਼ਾਈਨਿੰਗ ਵੀ ਬੜੀ ਸੋਹਣੀ ਕੀਤੀ ਹੋਈ ਦੁਪੱਟੇ ਦੀ ਪਹਿਲਾਂ ਤੁਹਾਨੂੰ ਮੈਂ ਸੂਟ ਦਿਖਾਣ ਜਾ ਰਿਹਾ ਯਾਨੀ ਕਿ ਸ਼ਰਟ ਪੀਸ ਦਿਖਾ ਰਿਹਾ ਜੀ ਗ੍ਰੀਨ ਕਲਰ ਦੀ ਸ਼ਰਟ ਆਏਗੀ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਜਿਹੜਾ ਪੇਸਲੇ ਪ੍ਰਿੰਟ ਹੈ ਉਹ ਕਾਫੀ ਅਟਰੈਕਟਿਵ ਹੈ ਦੇਖਣ ਨੂੰ ਬਹੁਤ ਹੀ ਸੋਹਣਾ ਲੱਗ ਰਿਹਾ ਹੈਗਾ ਅਨੀਤਾ ਗੁਲੇਰੀ ਜੀ ਸਤਿ ਸ਼੍ਰੀ ਅਕਾਲ ਅਤੇ ਕੋਈ ਵੀ ਬੁਕਿੰਗਸ ਲਈ ਤੁਸੀਂ ਸਾਨੂੰ ਸਕਰੀਨਸ਼ਾਟ ਭੇਜਣਾ ਹੈ ਜੀ WhatsApp ਦੇ ਉੱਤੇ ਪਲੀਜ਼ ਤੁਸੀਂ ਇਹ ਨੋਟ ਕਰ ਲਓ ਤੁਸੀਂ ਦੇਖ ਸਕਦੇ ਹੋ ਜੀ ਇਹਦਾ ਜਿਹੜਾ ਚਿਕਨ ਕਰੀ ਦਾ ਬਾਰਡਰ ਹੈ ਉਹ ਸਾਰਾ ਸਕੈਲਪਿੰਗ ਵਰਕ ਵਿੱਚ ਕੀਤਾ ਹੋਇਆ ਥੋੜਾ ਇਹਨੂੰ ਗ੍ਰੇਸ ਦੇਣ ਲਈ ਇਹਨਾਂ ਛੋਟੇ-ਛੋਟੇ ਫਿਨਿਸ਼ਿੰਗਸ ਨਾਲ ਜਿਹੜੀ ਹੈ ਲੁੱਕ ਇਹਦੀ ਵਿੱਚ ਆਂਦੀ ਹੈ ਬਹੁਤ ਅੱਛੀ ਆਂਦੀ ਹੈ ਇਹਦੇ ਸਪੀਸ ਦੀ ਇਸ ਨਾਲ ਸਾਰੀ ਪ੍ਰਿੰਟਿੰਗ ਆਏਗੀ ਜੀ ਮਾਈਕਰੋ ਪ੍ਰਿੰਟਿੰਗ ਦੇ ਵਿੱਚ ਇਹ ਸਾਰੀ ਸ਼ਰਟ ਹੈ ਜੀ ਫਰੰਟਾ ਸ਼ਰਟ ਦਾ ਪਿਓਰ ਕਾਟਨ ਆਏਗੀ ਜਿਹਦੇ ਵਿੱਚ ਵਿਦਾਊਟ ਲਾਈਨਿੰਗ ਤੁਸੀਂ ਫੈਬਰਿਕ ਇਹਨੂੰ ਬਣਾ ਸਕਦੇ ਹੋ ਵਿਦਾਊਟ ਲਾਈਨਿੰਗ ਤੁਹਾਡੀ ਸਟਿਚਿੰਗ ਹੋ ਜਾਏਗੀ ਸੂਟ ਦੀ ਔਰ ਇਹਦਾ ਜੋ ਫਰੰਟ ਹੈ ਬੈਕ ਵੀ ਸੇਮ ਆਏਗਾ ਜੀ ਸ਼ਰਟ ਦਾ ਬਾਟਮ ਵਿੱਚ ਤੁਹਾਨੂੰ ਪਿਓਰ ਕਾਟਨ ਦੀ ਬਾਟਮ ਮਿਲੇਗੀ ਪਿਸਤਾ ਟੋਨ ਦੇ ਉੱਤੇ ਇਹਦੇ ਨਾਲ ਜਿਹੜਾ ਦੁਪੱਟਾ ਹੈ ਜੀ ਉਹ ਅਸੀਂ ਕੰਟਰਾਸਟ ਦੇ ਰਹੇ ਹਾਂ ਤੁਹਾਨੂੰ ਇਸ ਤਰ੍ਹਾਂ ਕੰਟਰਾਸਟ ਦੁਪੱਟਾ ਆਏਗਾ ਪਿਓਰ ਸ਼ਿਫੌਨ ਦਾ ਜਿਹਦੇ ਕੇ ਵਿੱਚ ਤੁਹਾਨੂੰ ਸਕੈਲਪਿੰਗ ਵੀ ਮਿਲੇਗੀ ਯਾਨੀ ਕਿ ਕਟਵਰਕ ਕੀਤਾ ਹੋਇਆ ਹੈ ਸਾਰੇ ਦੁਪੱਟੇ ਤੇ ਔਰ ਸੈਂਟਰ ਵਿੱਚ ਸਾਰਾ ਇਸ ਤਰ੍ਹਾਂ ਚਿਕਨ ਕਰੀ ਦਾ ਕੰਮ ਆਏਗਾ ਕੰਟਰਾਸਟ ਦੁਬੱਟਾ ਜੀ ਦੁਬੱਟਾ ਆਏਗਾ 골ਡਨ ਸ਼ੇਡ ਦੇ ਉੱਤੇ ਔਰ ਨਾਲ ਜਿਹੜਾ ਸ਼ਰਟ ਹੈਗੀ ਉਹ ਗ੍ਰੀਨ ਕਰਦੇ ਉੱਤੇ ਆਏਗਾ ਇਹ ਲੁੱਕ ਹੈਗੇ ਸਾਰੇ ਪੀਸ ਦੀ ਸਾਡੀ ਅਜ ਦੀ ਆਈਟਮ ਨੰਬਰ ਸੈਕੰਡ ਹੈਗੀ ਹੈ ਔਰ ਇਹਦੀ ਰੇਂਜ ਆਏਗੀ 2275 2275 ਦੀ ਰੇਂਜ ਵਿੱਚ ਆਏਗਾ ਜੀ ਪੀਸ ਹੈ ਵਲਾ 2275 ਓਨਲੀ ਔਰ ਪਲੀਜ਼ ਨੋਟ ਕਰ ਲਓ ਜੀ ਡਿਲੀਵਰੀ ਸਾਡੀ ਵਰਲਡਵਾਈਡ ਚੱਲ ਰਹੀ ਹੈਗੀ ਹੈ ਤੁਸੀਂ ਕਿੱਥੇ ਵੀ ਬੈਠ ਕੇ ਕਿਸੇ ਵੀ ਕੰਟਰੀ ਚ ਬੈਠ ਕੇ ਆਰਡਰ ਕਰ ਸਕਦੇ ਹੋ ਇੰਡੀਆ ਵਿੱਚ ਵੀ ਕਿੱਥੇ ਵੀ ਬੈਠ ਕੇ ਆਰਡਰ ਪਲੇਸ ਕਰਨ ਦਾ ਆਪਸ਼ਨ ਹੈਗਾ ਜੀ नैक्सट दिखा रहे हैं जी बहुत ही प्यारा सूट है आई होप सो कि सारे कस्टमर को पसंद आएगा क्योंकि यह डिजाइनिंग जी दिखा रहे हैं जी एक्सकलूसिव डिजाइनिंग है चाहे आप दो हज़ार इक्की डिजाइनिंग है उस तो भी अगे की हैगी है पीसिस बहुत प्यारे है कलर मैचिंग देखो जी कि समार्ट है ये सारी जी स्ट्राइप्स है कलर मैचिंग बहुत अच्छी है इस पीस की बहुत सोहने पेस्टल शेड्स यूज किए हुए हैं और जी फिनिशिंग मिलेगी जी ट्रिपल फिनिशिंग मिलेगी ਪਹਿਲਾਂ ਦੋ ਬਾਰਡਰਸ ਆਣਗੇ ਇਸ ਤਰ੍ਹਾਂ ਚਿਕਨ ਦੇ ਨਾਲ نیچے ਇਸ ਤਰ੍ਹਾਂ ਲੇਸਿਸ ਆਏਗੀ ਟੈਸਲਸ ਦੀ ਔਰ ਸਾਰਾ ਜਿਹੜਾ ਬੇਸ ਹੈ ਜੀ ਪ੍ਰਿੰਟਡ ਉਹਦੇ ਤੇ ਬਲੌਕ ਪ੍ਰਿੰਟ ਕੀਤਾ ਹੋਇਆ ਜੇ ਤੁਸੀਂ ਧਿਆਨ ਨਾਲ ਦੇਖੋਗੇ ਇਸ ਤਰ੍ਹਾਂ ਸਾਰਾ ਇਹਦਾ ਬਲੌਕ ਪ੍ਰਿੰਟ ਆਏਗਾ ਜੀ ਪੀਸ ਦੇ ਉੱਤੇ ਨਾਲ ਨੈਕ ਤੇ ਫਿਨਿਸ਼ਿੰਗ ਦੇਖ ਸਕਦੇ ਹੋ ਬਹੁਤ ਪਿਆਰੀ ਕੀ ਹੈ ਇਸ ਤਰ੍ਹਾਂ ਕੁਰਤਾ ਪੱਟੀ ਦਾ ਨੈਕ ਬਣਿਆ ਹੋਇਆ ਕਾਟਨ ਸਾਰਾ ਇਹਦੇ ਵਿੱਚ ਬਟਨਸ ਵਗੈਰਾ ਲੱਗੇ ਆਣਗੇ ਇਹ ਲੁੱਕ ਆਏਗੀ ਜੀ ਸਾਰੀ ਸ਼ਰਟ ਦੀ ਲੌਂਗ ਪੈਨਲ ਚ ਬਣਿਆ ਆਏਗਾ ਇਹਦੇ ਨਾਲ ਜੋ ਖਾਸੀਅਤ ਹੈ ਬੈਕ ਵੀ ਸੇਮ ਆਂਦਾ ਹੈ ਇਸ ਤਰ੍ਹਾਂ ਬਾਕੀ ਸੇਮ ਆਏਗਾ ਇਹਦੇ ਨਾਲ ਜਿਹੜੀ ਬਾਟਮ ਹੈ ਉਹ ਕਾਟਨ ਦੀ ਰਹੇਗੀ ਕੰਟਰਾਸਟ ਪਿਸਤਾ ਕਲਰ ਦੀ ਔਰ ਜਿਹੜਾ ਦੁਪੱਟਾ ਆਏਗਾ ਜੀ ਬਹੁਤ ਸਮਾਰਟ ਆਏਗਾ ਦੁਪੱਟਾ ਇਹਦੇ ਇਸ ਪਿਓਰ ਮਲ ਕਾਟਨ ਦਾ ਸਾਰਾ ਇਸ ਤਰ੍ਹਾਂ ਦੁਪੱਟੇ ਵਿੱਚ ਪੇਂਟ ਆਏਗਾ ਜੀ ਹੈਂਡ ਪੇਂਟ ਔਰ ਹੈਂਡ ਪੇਂਟ ਕੋਈ ਕਾਮਨ ਚੀਜ਼ ਨਹੀਂ ਹੈਗੀ ਜੀ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਨੀਟ ਐਂਡ ਕਲੀਨ ਬਹੁਤ ਹੀ ਅੱਛੇ ਕਾਰੀਗਰ ਦਾ ਪੇਂਟ ਕੀਤਾ ਹੋਇਆ ਕਿਉਂਕਿ ਪੇਂਟ ਤੁਸੀਂ ਕਾਫੀ ਤਰ੍ਹਾਂ ਦਾ ਦੇਖਿਆ ਹੋਏਗਾ ਬਟ ਥਿਸ ਇਜ਼ ਦਾ ਕੁਆਲਿਟੀ ਆਫ ਦਾ ਪੇਂਟ ਇਜ਼ ਵੈਰੀ ਨਾਈਸ ਬੜੇ ਅچھے ਬ੍ਰਸ਼ ਸਟ੍ਰੋਕਸ ਨਾਲ ਤੁਸੀਂ ਦੇਖ ਸਕਦੇ ਹੋ ਕਿ ਇਹਨੇ ਫਿਨਿਸ਼ਿੰਗ ਕੀਤੀ ਹੋਈ ਹੈ ਚਾਰੇ ਸਾਈਡ ਸੇ ਟੈਸਲ ਆਏਗਾ ਜੀ ਇਸ ਤਰ੍ਹਾਂ ਇਹ ਲੁੱਕ ਆਏਗੀ ਜੀ ਸਾਰੇ ਕਨਸੈਪਟ ਦੀ ਇਹ ਸਾਡੀ ਅੱਜ ਦੀ ਆਈਟਮ ਨੰਬਰ 3 ਹੈਗੀ ਹੈ ਔਰ ਇਹਦੀ ਰੇਂਜ ਆਏਗੀ 2595 ਸਿਰਫ 2595 ਦੀ ਰੇਂਜ ਹੈ ਜੀ ਓਨਲੀ ਸਾਡਾ ਕਹਿਣ ਦਾ ਮਤਲਬ ਹੈ ਕਿ ਕਿਉਂਕਿ ਇਹ ਵਾਲੀ ਚੀਜ਼ਾਂ ਤੁਹਾਨੂੰ 5-6000 ਤੋਂ ਨੀਚੇ ਕਿਸੇ ਵੀ ਅਪੈਗਜ਼ਿਬਿਸ਼ਨਸ ਜਾਂ ਬੁਟੀਕ ਤੇ ਨਹੀਂ ਮਿਲਦੀ ਪਰ ਤੁਹਾਨੂੰ ਅਸੀਂ ਦੇ ਰਹੇ ਹਾਂ ਸਿਰਫ 2595 ਓਨਲੀ ਚਲੋ ਜੀ ਨੈਕਸਟ ਅਗਲਾ ਤੁਹਾਨੂੰ ਦਿਖਾ ਰਿਹਾ ਜੀ ਪਿੰਕ ਟੋਨ ਦੇ ਉੱਤੇ ਇਹ ਬ੍ਰਾਂਡਡ ਪੀਸ ਆਏਗਾ ਬਹੁਤ ਸਮਾਰਟ ਕਨਸੈਪਟ ਹੈ ਵੀ ਇਹਨੂੰ ਪਰ ਥੋੜਾ ਜਿਹਾ ਪਾਕਿਸਤਾਨੀ ਕਨਸੈਪਟ ਵੀ ਕਹਿ ਦਿੰਦੇ ਆ ਕਿਉਂਕਿ ਇਹਦੇ ਵਿੱਚ ਜਿਹੜੇ ਗਲੇ ਬਣਿਆ ਹੋਇਆ ਤੇ ਨਾਲ ਬਾਰਡਰ ਬਣਿਆ ਹੋਇਆ ਸਾਰਾ ਇਸ ਤਰ੍ਹਾਂ ਦਾ ਸੇਮ ਆਏਗਾ ਜੀ ਜਿਸ ਤਰ੍ਹਾਂ ਪਾਕਿਸਤਾਨੀ ਸੂਟ ਬੰਦੇ ਨੇ ਸੋ ਦੇਖੋ ਜੀ ਚਿਕਨ ਕਰੀ ਦਾ ਸ਼ਫਲੀ ਦਾ نیچے ਬਾਰਡਰ ਆਏਗਾ ਔਰ ਜੋ ਤੁਸੀਂ ਇਹ ਦੇਖ ਰਹੇ ਹੋ ਰੇਸ਼ਮ ਦਾ ਕੰਮ ਇਹ ਸਾਰਾ ਐਪਲੀਕ ਕੀਤਾ ਹੋਇਆ ਜੀ ਔਰਗੈਂਜ਼ਾ ਦੇ ਉੱਤੇ ਸਾਰਾ ਇਸ ਤਰ੍ਹਾਂ organza ਫੈਬਰਿਕ ਲਗਾ ਕੇ ਉਹਦੇ ਉੱਤੇ ਇਸ ਤਰ੍ਹਾਂ ਸਾਰਾ ਐਪਲਿਕ ਕੀਤਾ ਹੋਇਆ ਰੇਸ਼ਮ ਦਾ ਕੰਮ। ਬਾਕੀ ਜਿਹੜਾ ਸਾਰਾ ਸੂਟ ਹੈ ਪਿਓਰ ਕਾਟਨ ਦਾ ਆਏਗਾ ਜੀ। ਇਸ ਚ ਨਾਲ ਦੀ ਸ਼ਰਟ ਤੇ ਜਿਹੜਾ neck ਬਣਿਆ ਹੋਇਆ ਲੌਂਗ neck ਆਏਗਾ ਬ੍ਰਾਡ ਬਣਿਆ ਹੋਇਆ ਵਿਦ ਵੈਰੀ ਨਾਈਸ ਰੇਸ਼ਮ ਵਰਕ। ਇਹ ਲੁੱਕ ਆਏਗੀ ਸਾਰੀ ਸ਼ਰਟ ਦੀ। ਜਿਹੜਾ ਇਹਦਾ ਬਾਟਮ ਹੈ ਜੀ ਉਹ ਸੇਮ ਆਏਗਾ ਪਿੰਕ ਟੋਨ ਦੇ ਵਿੱਚ। ਸ਼ਰਟ ਦਾ ਫੈਬਰਿਕ ਐਂਡ ਬਾਟਮ ਦਾ ਫੈਬਰਿਕ ਸੇਮ ਆਏਗਾ। ਨਾਲ ਦੁਪੱਟਾ ਆਏਗਾ ਜੀ ਇਹਦੇ ਵਿੱਚ organza ਦਾ। ऑर्गेंजा <coughs> दुपट्टा देख दे नाल देखो जी किन्ने डिफरेंट चीज बन जांदी है कॉटन ਦੇ ਵਿੱਚੋਂ ਕਿਉਂਕਿ ਅਗਰ ਨਾਰਮਲ ਦੁਪੱਟਾ ਹੋਏਗਾ ਤਾਂ ਇਹ ਚੀਜ਼ ਥੋੜੀ ਜੀ ਕੈਜੂਅਲ ਵੇਅਰ ਹੋਏਗੀ ਅਗਰ ਆਰगेंजा ਦੁਪੱਟਾ ਇਸ ਤਰ੍ਹਾਂ ਬਿਊਟੀਫੁੱਲ ਮੋਡੀਫਾਈ ਕੀਤਾ ਹੁੰਦਾ ਹੈ ਲੇਸਿਸ ਨਾਲ ਐਂਡ ਐਮਬਰਾਇਡਰੀ ਨਾਲ ਤਾਂ ਇਹ ਪ੍ਰੋਪਰ ਇੱਕ ਸੈਮੀ ਫਾਰਮਲ ਜਾਂ ਫਿਰ ਪਾਰਟੀ ਵੇਅਰ ਲੁੱਕ ਬਣ ਜਾਂਦੀ ਹੈ ਸੋ ਇਹ ਚੀਜ਼ ਦੀ ਲੁੱਕ ਦੇਖੋ ਜੀ ਇੱਕ ਵਾਰੀ ਫਿਰ ਤੋਂ ਦੁਪੱਟਾ ਬਹੁਤ ਪਿਆਰਾ ਆਏਗਾ ਨਾਲ ਨੈਕ ਪੂਰਾ ਹੈਵੀ ਆਏਗਾ ਨੈਕ ਥੋੜਾ ਦਿਖਾ ਦੇਣਾ ਜੀ ਹਾਂਜੀ ਇਸ ਤਰ੍ਹਾਂ ਲੁੱਕ ਆਏਗੀ ਜੀ ਸਾਰੇ ਪੀਸ ਦੀ ਪਿੰਕ ਕਲਰ ਵੀ ਬਹੁਤ ਸੋਹਣਾ ਜੀ ਆਈਟਮ ਨੰਬਰ ਸਾਡੀ ਅਜ ਦੀ 4 ਹੈਗੀ ਆ। ਔਰ ਇਹਦੀ ਰੇਂਜ ਆਏਗੀ ਸਿਰਫ 2980 2980 ਦੀ ਰੇਂਜ ਵਿੱਚ ਆਏਗਾ ਜੀ ਪੀਸ ਇਹ ਵਾਲਾ। ਚਲੋ ਜੀ ਨੈਕਸਟ। ਨੈਕਸਟ ਜਿਹੜਾ ਪੀਸ ਹੈ ਜੀ ਉਹ ਵੀ ਬਹੁਤ ਸਪੈਸ਼ਲ ਹੈ ਬਟ ਇਹਦੇ ਵਿੱਚ ਤੁਹਾਨੂੰ ਇੱਕ ਹੋਰ ਗੱਲ ਮੈਂਸ਼ਨ ਕਰ ਦੇਣਾ ਜਿੰਨਾ ਹੀ ਸਪੈਸ਼ਲ ਹੈ ਓਨੀ ਇਹਦੀ ਜਿਹੜੀ ਕੁਆਂਟੀਟੀ ਹੈ ਉਹ ਲਿਮਟਿਡ ਹੈਗੀ ਆ। ਫਿਰੋਜ਼ੀ ਕਲਰ ਦਾ ਪੀਸ ਆਏਗਾ ਜੀ ਇਹ ਵਾਲਾ। ਸਕਾਈ ਫਿਰੋਜ਼ੀ ਕਲਰ ਦਾ ਇਹਦੇ ਵਿੱਚ ਜਿਹੜਾ ਪੈਨਲ ਹੈਗਾ ਉਹ ਬਹੁਤ ਹੀ ਸਮਾਰਟ ਹੈ। ਕਿਉਂਕਿ ਪੈਨਲ ਦੇ ਵਿੱਚ ਤੁਸੀਂ ਇਹ ਚੀਜ਼ਾਂ ਬਿਲਕੁਲ ਨਹੀਂ ਦੇਖੀਆਂ ਹੋਣਗੀਆਂ embroidery ਦੇਖੋ ਜੀ ਕਿੰਨੀ ਬਾਰੀਕ ਬੈ embroidery ਇਹਦੇ ਉੱਤੇ very neat and clean ਬਹੁਤ ਸੋਹਣੇ thread work ਦਾ ਸਾਰਾ ਕੰਮ ਕੀਤਾ ਹੋਇਆ ਇਹਦੇ ਉੱਤੇ as you can see here center panel ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਕਿੰਨੀ ਪਿਆਰੀ embroidery ਕੀਤੀ ਹੋਈ ਹੈ ਔਰ ਦੋਨੋਂ ਸਾਈਡਸ ਤੇ ਜਿਹੜਾ ਪੈਨਲ ਹੈਗਾ ਬਾਕੀ ਪ੍ਰਿੰਟਡ ਆਏਗਾ ਇਸ ਤਰ੍ਹਾਂ ਸਾਰਾ neck ਤੱਕ ਸੇਮ ਜਾਏਗਾ ਜੀ ਇਹ ਵੀ ਤੁਸੀਂ ਪਾਕਿਸਤਾਨੀ ਸਟਾਈਲ ਸਟਿਚਿੰਗ ਕਰਾ ਸਕਦੇ ਹੋ ਇਹ ਲੁੱਕ ਹੈਗੀ ਸਾਰੀ ਸ਼ਰਟ ਦੀ ਲੌਂਗ ਸ਼ੋਰੇਸ਼ਰਾ ਬਣੇਗੀ ਤੁਹਾਡੀ ਇਹਦੇ ਨਾਲ ਜਿਹੜਾ ਤੁਸੀਂ ਦੇਖ ਰਹੇ ਹੋ ਜੀ ਬੈਕ ਬੈਕ ਸੇਮ ਆਏਗਾ ਪ੍ਰਿੰਟਡ ਐਂਡ ਬਾਟਮ ਵੀ ਸੇਮ ਫਿਰੋਜ਼ੀ ਕਲਰ ਦੀ ਆਏਗੀ ਨਾਲ ਦੁਪੱਟਾ ਆਏਗਾ ਜੀ ਸ਼ਿਫੋਨ ਦਾ ਔਰ ਦੁਪੱਟੇ ਦੇ ਸਿਰੇ ਪੱਲੇ ਕਿ ਨਹੀਂ ਉਹਦੇ ਉੱਤੇ ਲਾਈਟ weight ਜਿਹਾ ਬਾਰਡਰ ਆਏਗਾ ਸਿੰਪਲ ਐਂਡ ਸੋਬਰ ਲੁੱਕ ਦੇਣ ਲਈ ਸਬਿਤਾ ਮੈਮ ਸ਼ਸ਼ੀਕਲ ਜੀ ਥੈਂਕ ਯੂ ਸੋ ਮਚ ਤੁਹਾਡੇ ਕਮੈਂਟ ਲਈ ਨੀਨਾ ਜੀ ਸ਼ਸ਼ੀਕਲ ਜਰੂਰ ਤੁਸੀਂ ਤੁਹਾਨੂੰ ਅਗਰ ਕੰਟੈਂਟ ਅੱਛਾ ਲੱਗ ਰਿਹਾ ਹੋਵੇ ਵੀਡੀਓ ਦਾ ਸੂਟਸ ਅੱਛੇ ਲੱਗ ਰਹੇ ਹੋਣ ਆਰਡਰ ਤਾਂ ਤੁਸੀਂ ਜ਼ਰੂਰ ਪਲੇਸ ਕਰਨਾ ਹੈ ਬਟ ਆਪਣੇ ਫਰੈਂਡਸ ਜਾਂ ਫੈਮਲੀ ਨੂੰ ਵੀ ਜ਼ਰੂਰ ਟੈਗ ਕਰਨਾ ਹੈ ਜੀ ਸੋ ਅੱਜ ਦੀ ਸਾਡੀ ਆਈਟਮ ਨੰਬਰ ਐਵਲੀ 5 ਹੈਗੀ ਹੈ ਹੁਣ ਤੁਹਾਨੂੰ ਇਹਦੀ ਰੇਂਜ ਦੱਸਣ ਜਾ ਰਹੇ ਹਾਂ ਜੀ 2515 ਰੇਂਜ ਸਿਰਫ ਹੈਗੀ 2515 ਓਨਲੀ ਆਈਟਮ ਨੰਬਰ 5 ਨੈਕਸਟ ਚਲੋ ਜੀ ਆਈਟਮ ਨੰਬਰ 1 ਐਂਡ 3 ਬੁੱਕ ਕਰ ਦਿਓ ਪਲੀਜ਼ ਠੀਕ ਹੈ ਜੀ ਨੈਕਸਟ ਹੁਣ ਸਪੈਸ਼ਲੀ ਦਿਖਾ ਰਹੇ ਹਾਂ ਜੀ ਸੌਫਟ ਲినਨ ਦੇ ਵਿੱਚ ਇੱਕ ਆਈਟਮ ਬਹੁਤ ਸੋਹਣੀ ਮੰਨ ਕੇ ਆਈ ਹੈ ਇਹਦੇ ਜਿਹੜੀ ਸਾਰੀ ਪ੍ਰਿੰਟਿੰਗ ਹੈਗੀ ਉਹ ਬ੍ਰਸ਼ੋ ਇਫੈਕਟ ਵਿੱਚ ਆਂਦੀ ਹੈਗੀ ਹੈ। ਇਸ ਤਰ੍ਹਾਂ ਸਾਰਾ ਜਿਹੜਾ ਹੈਗਾ ਅ ਪ੍ਰਿੰਟਿੰਗ ਆਈ ਕੀ ਪਹਿਲਾਂ ਬੇਸ ਦੇ ਉੱਤੇ ਦੇਖ ਸਕਦੇ ਹੋ ਮਹਿੰਦੀ ਕਲਰ ਦਾ ਪੀਸ ਹੈ ਜੀ ਉਹਦੇ ਵਿੱਚ ਸਾਰਾ ਇਸ ਤਰ੍ਹਾਂ ਲਾਈਟ 골ਡਨ ਮਹਿੰਦੀ ਕਲਰ ਦਾ ਕੰਬੀਨੇਸ਼ਨ ਆਏਗਾ। ਉੱਪਰ ਤੱਕ ਸਾਰੀ ਸੇਮ ਪ੍ਰਿੰਟਿੰਗ ਆ ਗਈ ਜੀ ਸੂਟ ਦੇ ਵਿੱਚ ਇਹ ਲੁੱਕ ਆਏਗੀ ਸ਼ਰਟ ਦੀ। ਇਹਦੇ ਨਾਲ ਜਿਹੜਾ ਬਾਟਮ ਹੈ ਜੀ ਉਹ ਤੁਹਾਨੂੰ ਪਲੇਨ ਮਿਲੇਗਾ ਕਾਟਨ ਦਾ। ਇਸ ਤਰ੍ਹਾਂ ਪਿਓਰ ਕਾਟਨ ਦਾ ਬਾਟਮ ਮਿਲੇਗਾ ਜੀ। ਔਰ ਇਹ ਨਾਲੇ ਦੀ ਬੈਕ ਆਏਗੀ ਇਸ ਨਾਲ ਜਿਹੜਾ ਦੁਪੱਟਾ ਹੈ ਜੀ ਉਹ ਬਹੁਤ ਸਪੈਸ਼ਲ ਹੈਗਾ ਦੁਪੱਟੇ 'ਚ ਜਿਹੜੀ ਪ੍ਰਿੰਟਿੰਗ ਹੈ ਉਹ ਬਹੁਤ ਸਮਾਰਟ ਹੈ ਦੁਪੱਟਾ ਦੇਖ ਕੇ ਹਰ ਇੱਕ ਕੁਸ਼ਵਨ ਨੂੰ ਜ਼ਰੂਰ ਲਾਈਕ ਕਰਦਾ ਜੀ ਪੀਸ ਨੂੰ ਬਹੁਤ ਅੱਛੀ ਡਿਮਾਂਡ ਵਿੱਚ ਰਹਿੰਦਾ ਹੈ ਇਸ ਤਰ੍ਹਾਂ ਨਾਲ ਸਾਰੀ ਇਹਦੀ ਪ੍ਰਿੰਟਿੰਗ ਆਏਗੀ ਪੱਲੇ ਤੇ ਫਲੋਰਲ ਪ੍ਰਿੰਟਿੰਗ ਆਏਗੀ ਬਹੁਤ ਸੋਹਣੀ ਦੁਪੱਟੇ ਦੇ ਉੱਤੇ ਇਹ ਲੁੱਕ ਆਏਗੀ ਜੀ ਸਾਰੇ ਕਨਸੈਪਟ ਦੀ ਸਾਡੀ ਅੱਜ ਦੀ ਆਈਟਮ ਨੰਬਰ ਇਹ ਬਲੀ ਹੈਗੀ ਹੈ 6 ਔਰ ਇਹਦੀ ਰੇਂਜ ਆਏਗੀ 3700 ਦੀ ਪਿਓਰ ਲinnen ਕਾਟਨ ਦੇ ਵਿੱਚ ਆਏਗਾ ਜੀ ਆਪਣਾ ਸੌਫਟ ਦੇ ਵਿੱਚ 3700 ਰੇਂਜ ਹੈਗੀ ਹੈ ਇਹਦੀ ਔਰ ਆਰਟਲ ਨੰਬਰ 6 ਹੈ ਸਾਡੀ ਅੱਜ ਦੀ ਚਲੋ ਜੀ ਨੈਕਸਟ ਸ਼ਸ਼ੀਕਲ ਕਵਲ ਜੀ ਐਕਚੁਅਲੀ ਸਾਡੇ ਜਿਹੜੇ ਸਟੋਰ ਤੁਹਾਨੂੰ ਸ਼ਾਇਦ ਪਤਾ ਹੋਵੇ ਪੰਜਾਬ ਦੇ ਵਿੱਚ ਲੋਕਡਾਊਨ ਹੈ ਤੇ ਸਟੋਰ ਸਾਰੇ ক্লোਜ਼ ਨੇ ਸੋ ਵੀ ਵੀ ਕੈਨ ਓਨਲੀ ਸ਼ੋ ਯੂ ਆਰਟिकल्स ਥਰੂ ਆਰ ਫੇਸਬੁਕ ਲਾਈਵ ਸੈਸ਼ਨ ਐਂਡ ਡੈਫੀਨਿਟਲੀ ਵੀ ਆਰ ਪਲੈਨਿੰਗ ਅ ਰੈਡੀਮੇਡ ਸੂਟ ਜਿਹੜੇ ਅਸੀਂ ਦਿਖਾਣੇ ਆ ਜ਼ਰੂਰ ਜਲਦੀ ਪਲਾਨ ਕਰ ਰਹੇ ਆ ਗਿਆ ਪਲੀਜ਼ ਤੁਸੀਂ ਸਿਰਫ ਇੱਕ ਔਰ ਦੋ ਦਿਨ ਹੋਰ ਵੇਟ ਕਰੋ ਨਵੀਂ ਕਲੈਕਸ਼ਨ ਤੁਹਾਨੂੰ ਸਾਰੀ ਦਿਖਾਵਾਂਗੇ ਨੈਕਸਟ ਔਨ ਦਿਖਾ ਰਿਹਾ ਜੀ ਪਾਰਟੀ ਵੇਅਰ ਆਰਟੀਕਲ ਕਾਟਨ ਦੇ ਵਿੱਚ ਇਸ ਤਰ੍ਹਾਂ ਸਾਰਾ ਸਟ੍ਰਾਈਪਸ ਪੈਟਰਨ ਆਏਗਾ ਇਹਦੇ ਇਸ ਤਿੰਨ ਚਾਰ ਚੀਜ਼ਾਂ ਬਹੁਤ ਸੋਹਣੀਆਂ ਨੇ ਮੈਂ ਤੁਹਾਨੂੰ ਉਹ ਦਿਖਾਉਣ ਜਾ ਰਿਹਾ ਹਾਂਗਾ ਤੁਸੀਂ ਪਰ ਇਹਦਾ ਘੇਰਾ ਦੇਖ ਸਕਦੇ ਹੈਗੇ ਹੋ ਸਾਰਾ ਇਸ ਤਰ੍ਹਾਂ ਸਕੈਲਪਿੰਗ ਦੇ ਵਿੱਚ ਗੋਟਾ ਪੱਤੀ ਦਾ ਕੰਮ ਆਏਗਾ ਜੀ ਇਹਦੇ ਨਾਲ ਸਲਵਾਰ ਸੂਟ ਪੈਂਟਸ ਪਲਾਜ਼ੋ ਕੁਝ ਵੀ ਸਟਿਚ ਕਰਾਓ ਸਾਰਾ ਹੀ ਬਹੁਤ ਅੱਛਾ ਲੱਗਦਾ ਹੈਗਾ ਸਟ੍ਰਾਈਪਸ ਦੇ ਨਾਲ ਨਾਲ ਤੁਹਾਨੂੰ ਇਸ ਤਰ੍ਹਾਂ ਹਲਕੀ ਜੀ ਥ्रेड embroiderry ਵੀ ਮਿਲੇਗੀ ਔਰ ਨਾਲ sequin ਦਾ ਸਾਰਾ ਵਰਕ ਹੈ ਦੇ ਉੱਤੇ इस तरह लोंग शर्ट की लुक आएगी जी बाजू भी सेम रन गए थोड़े बाजू लिए भी सेम फैब्रिक है शर्ट का फ्रंट एंड बैक सेम है और जी बॉटम आएगी जी टाफ्टा सिल्क की आएगी पिस्ता कलर की यदड़ा दुप्टा है जी दुपट्टा बहुत समार्ट आएगा और गेंजा का दुपट्टा है जी दुप्टे के चारों सैड से स्कैलपिंग आएगी इस तरह कटवक आएगा हम तो एक बहुत एक अच्छा एग्जाम्पल दे रहे हैं जी कोटन का सूट भी अभी पार्टवेयर वेयर कर सकते हैं वह एक बहुत अच्छा एग्जाम्पल है दुपट्टा तुम देख सकते हो कि बनया हुआ है ਦੁਪੱਟੇ ਵਿੱਚ ਪੇਂਟ ਵੀ ਆਏਗਾ ਸਾਰਾ ਵਰਕ ਆਏਗਾ ਦੇਖਸਾ ਲੋ ਤੁਸੀਂ ਔਰ ਕਲਰ ਕੰਬੀਨੇਸ਼ਨ ਬਹੁਤ ਹੀ ਪਿਆਰਾ ਹੈ ਚਾਰੋ ਸਾਈਡ ਸੇ ਇਸ ਤਰ੍ਹਾਂ ਬਾਰਡਰ ਬਣਾਇਆ ਹੈ ਕਟ ਵਰਕ ਦੇ ਵਿੱਚ ਇਹ ਲੁੱਕ ਆਏਗੀ ਜੀ ਸਾਰੇ ਕਨਸੈਪਟ ਦੀ ਐਦਾ ਹੀ ਲੱਗਦੇ ਇਹ ਸਾਡੀ ਅੱਜ ਦੀ ਆਈਟਮ ਨੰਬਰ 7 ਹੈਗੀ ਹੈ ਜੀ ਔਰ ਇਸ ਦੀ ਰੇਂਜ ਆਏਗੀ 3620 3620 ਦੀ ਰੇਂਜ ਵਿੱਚ ਆਏਗਾ ਜੀ 3620 ਦੀ ਰੇਂਜ ਚਲੋ ਜੀ ਨੈਕਸਟ अगला रंग दिखा रहा है जी ऑन अपना मैरून रस्ट कलर ਦੇ ਵਿੱਚ ਇਹ कॉटन ਦਾ ਸੂਟ ਹੈ ਜੀ ਤੁਸੀਂ ਇਹਨੂੰ ਵਿਦਾਊਟ ਲਾਈਨਿੰਗ ਵਿਦ ਸਟਿਚ ਕਰਵਾ ਸਕਦੇ ਹੋ ਪਿਓਰ कॉटन ਦੇ ਵਿੱਚ ਆਏਗਾ ਪੀਸ ਵਾਲਾ ਇਹਦੀ ਸਪੈਸ਼ਲ ਚੀਜ਼ ਹੈ ਕਿ ਇਹਦੇ ਜਿਹੜੇ ਪੈਨਲਸ ਬਣੇ ਹੋਏ ਨੇ ਸਾਰੇ ਬਹੁਤ ਸਮਾਰਟ ਨੇ ਸਕਰੀਨ ਦੇ ਵਿੱਚ ਸਾਰੇ ਇਹਦੇ ਪੈਨਲ ਜਾਣਗੇ ਜੀ ਇਸ ਤਰ੍ਹਾਂ ਬਣੇ ਹੋਏ ਮੈਰੂਨ ਦੇ ਨਾਲ 골ਡ ਕਰੀਮ ਕਰਦਾ ਕੰਬੀਨੇਸ਼ਨ ਹੈ ਫਿਨਿਸ਼ਿੰਗ ਬਹੁਤ ਸੋਹਣੀ ਦਿੱਤੀ ਆਉਗੀ ਇਸ ਤਰ੍ਹਾਂ ਫਿਨਿਸ਼ਿੰਗਸ ਬਹੁਤ ਅੱਛਾ ਰੋਲ ਪਲੇ ਕਰਦੀ ਹੈ ਜੀ ਇਸ ਪੀਸ ਨੂੰ ਪ੍ਰੋਪਰ ਗ੍ਰੇਸ ਦੇਣ ਲਈ ਹੈ ਇਸ ਤਰ੍ਹਾਂ ਨਾਲ ਇਹਦਾ ਗਲਾ ਬਣਾਇਆ ਗਿਆ ਜੀ neck ਦੇ ਉੱਤੇ ਪ੍ਰਿੰਟਡ ਬਟਨਸ ਲੱਗੇ ਨੇ ਇਹ ਲੁਕਾਈ ਕੀ ਸਾਰੀ ਸ਼ਰਟ ਦੀ ਇਹਦੇ ਨਾਲ ਜਿਹੜਾ ਬੈਕ ਹੈ ਸ਼ਰਟ ਦਾ ਉਹ ਸੇਮ ਆਏਗਾ ਜੀ ਇਸ ਤਰ੍ਹਾਂ ਪ੍ਰਿੰਟਡ ਔਰ ਬਾਟਮ ਆਏਗੀ ਮੈਰੂਨ ਟੋਨ ਦੇ ਵਿੱਚ ਦੁਪੱਟਾ ਇਹਦਾ ਆਏਗਾ ਜੀ ਕੰਟਰਾਸਟ 골ਡ ਕਲਰ ਦਾ ਵਿਦ 4 ਸਾਈਡ ਐਮਬਰਾਇਡਰੀ ਸਾਰਾ ਇਸ ਤਰ੍ਹਾਂ ਐਪਲੀਕਵੋ ਕੀਤਾ ਹੋਇਆ ਡੋਰੀ ਦੇ ਨਾਲ ਔਰ ਸੈਂਟਰ ਵਿੱਚ ਵੀ ਫਲਾਵਰਸ ਰਹਿਣਗੇ ਪੀਸ ਦੀ ਲੁੱਕ ਤੁਸੀਂ ਦੇਖ ਸਕਦੇ ਹੋ ਕਿੰਨੀ ਫੈਬੂਲਸ ਹੈਗੀ ਹੈ ਪੀਸ ਦੀ ਲੁੱਕ ਮਹਿਰੂਨ ਦੇ ਨਾਲ ਆਇਆਗਾ ਜੀ ਕਲਰ ਕੰਬੀਨੇਸ਼ਨ ਕਰੀਮ ਦਾ ਆਈਟਮ ਨੰਬਰ ਸਾਡੀ ਅੱਜ ਦੀ 8 ਹੈਗੀ ਹੈ ਔਰ ਇਹਦੀ ਰੇਂਜ ਵੀ ਬਹੁਤ ਰੀਜ਼ਨੇਬਲ ਹੈ ਜੀ ਸਿਰਫ 2095 2095 ਦੀ ਰੇਂਜ ਵਿੱਚ ਆਇਆਗਾ ਜੀ ਪੀਸ ਇਹ ਵਾਲਾ ਚਲੋ ਜੀ ਨੈਕਸਟ ਨੈਕਸਟ ਅਨਦਰ ਦਿਖਾ ਰਿਹਾ ਜੀ ਬਹੁਤ ਹੀ ਅੱਛਾ ਪੀਸ ਹੈ ਡਿਜ਼ਾਈਨਰ ਕਲੈਕਸ਼ਨ ਦੇ ਵਿੱਚੋਂ ਇਕ ਹੈਗਾ ਇਹ ਵਾਲਾ ਇਦੇ ਵਿੱਚ ਜਿਹੜਾ ਵਰਕ ਕੀਤਾ ਹੋਇਆ ਹੈ ਬਲੌਕ ਪ੍ਰਿੰਟਿੰਗ ਹੈ एवरीथिंग ਜੋ ਅਸੀਂ ਕੀਤਾ ਹੈਗਾ ਬਹੁਤ ਐਕਸੈਪਸ਼ਨਲ ਹੈਗਾ ਫੈਬਰਿਕ ਤੋਂ ਲੈ ਕੇ ਏਮਬਰਾਇਡਰੀ ਤੱਕ ਪਹਿਲਾਂ ਦਾ ਫੈਬਰਿਕ ਦੇਖੋ ਜੀ ਕਿੰਨਾ ਨਾਈਸ ਹੈ ਇਹਦਾ ਸਾਰਾ ਵੋਵਨ 베이스 ਦੇ ਵਿੱਚ ਆਇਆਗਾ ਕਾਟਨ ਦੇ ਵਿੱਚ ਜਿਵੇਂ ਤੁਸੀਂ ਦੇਖ ਸਕਦੇ ਹੋ ਟੈਕਸਚਰ ਹੈਗਾ ਜੀ ਇਸ 베이스 ਦੇ ਵਿੱਚ ਬਾਕੀ ਸਾਰੇ ਜਿਹੜੇ ਕਾਟਨ ਦੇ ਆਉਂਦੇ ਨੇ ਸੂਟਸ ਟੈਕਸਚਰ ਮਿਸਿੰਗ ਹੁੰਦਾ ਹੈ ਸੂਟ ਦੇ ਟੈਕਸਚਰ ਮਿਲੇਗਾ ਤੁਹਾਨੂੰ ਨੀਚੇ ਬਾਰਡਰ ਦੇਖੋ ਕਿੰਨੇ ਪਿਆਰੇ ਸਲੀਕ ਬਾਰਡਰਸ ਲੱਗੇ ਹੋਏ ਨੇ ਕੰਟਰਾਸਟ ਲਾਈਮ ਗ੍ਰੀਨ ਕਲਰ ਹੈ ਜੀ ਸੂਟ ਦਾ ਨਾਲ ਗ੍ਰੇ 컬러 ਦਾ ਬਾਰਡਰ ਇਹਦੇ ਉੱਤੇ ਹੁਣ ਤੁਹਾਨੂੰ ਇਹਦਾ ਬਹੁਤ ਹੀ ਬਿਊਟੀਫੁਲ ਐਂਡ ਸਲੀਕ neck ਦਿਖਾਉਣ ਜਾ ਰਿਹਾ ਹੈਗਾ neck ਦੇ ਵਿੱਚ ਦੇਖੋ ਜੀ ਕਿੰਨੇ ਤਰ੍ਹਾਂ ਦਾ ਵਰਕ ਕੀਤਾ ਹੋਇਆ ਹੈ thread work ਵੀ ਆਏਗਾ ਇਹਦੇ ਉੱਤੇ ਨਾਲ pearl ਦਾ ਕੰਮ ਹੈਗਾ ਨਾਲ ਇਹਦੇ ਵਿੱਚ 3D ਫਲਾਵਰਸ ਵੀ ਹੈਗੇ ਨੇ ਸੋ ਬਹੁਤ ਹੀ ਸੋਹਣਾ ਔਰ ਆਰਟਿਸਟਿਕ ਕਨਸੈਪਟ ਹੈਗਾ ਜੀ ਇਹ ਵਾਲਾ ਇਸ ਤਰ੍ਹਾਂ ਦੀ ਲੌਂਗ ਸ਼ਰਟ ਬਣੇਗੀ ਜੀ neck ਦੇ ਨਾਲ ਬਹੁਤ ਪਿਆਰੀ ਬਾਟਮ ਵੀ ਸੇਮ ਆਏਗਾ ਐਂਡ ਜਿਹੜੀ ਹੈਗੀ ਆ ਬੈਕ ਉਹ ਵੀ ਸੇਮ ਰਹੇਗੀ ਇਤਨਾ ਜਿਹੜਾ ਦੁਪੱਟਾ ਹੈ ਜੀ ਉਹ ਆਏਗਾ ਇਸ ਤਰ੍ਹਾਂ ਬਹੁਤ ਸੋਹਣਾ ਬਲੌਕ ਪ੍ਰਿੰਟਿੰਗ ਦੇ ਵਿੱਚ ਬਟ ਬਲੌਕ ਪ੍ਰਿੰਟਿੰਗ ਵਿੱਚ ਇੱਕ ਨਵੀਂ ਚੀਜ਼ ਐਡ ਕਰ ਰਹੇ ਹਾਂ 컬러ਡ ਬਲੌਕ ਹੈਗਾ ਜੀ ਇਹ ਪਿੰਕ ਐਂਡ ਗ੍ਰੀਨ ਦੋੜ ਦਾ 컬러ਡ ਬਲੌਕ ਆਏਗਾ ਚਾਰੋਂ ਸਾਈਡ ਸੇ ਜਿਹੜੇ ਕਾਰਨਰ ਹੈਗੇ ਨੇ 골ਡਨ ਦੇ ਵਿੱਚ ਆਣਗੇ ਬਾਰਡਰ ਦੇਖੋ ਕਿੰਨਾ ਪਿਆਰਾ ਬਣਿਆ ਹੋਇਆ ਹੈ ਜੀ ਇਸ ਤਰ੍ਹਾਂ ਇਹ ਲੋਕਾਣੀਆਂ ਜੀ ਸਾਰੇ ਕਨਸੈਪਟ ਦੀ ਵਿਦ ਨੈਕ ਵੈਰੀ ਬਿਊਟੀਫੁਲ ਦੁਪੱਟਾ ਵੀ ਬਹੁਤ ਪਿਆਰਾ ਸਾਰਾ ਜਿਹੜਾ ਕਨਸੈਪਟ ਬਹੁਤ ਸੋਹਣਾ ਬਣਿਆ ਹੋਇਆ ਹੈ ਜੀ ਇਸ ਤਰ੍ਹਾਂ ਲੋਕਾਏ ਕੀ ਸਾਰੇ 20 ਦੀ ਆਈਟਮ ਨੰਬਰ ਸਾਡੀ ਅੱਜ ਦੀ ਹੈਗੀ ਹੈ 9 ਔਰ ਇਹਦੀ ਰੇਂਜ ਆਏਗੀ ਸਿਰਫ ਔਰ ਸਿਰਫ 2795 ਰეკਮੈਂਡਡ ਆਰਟੀਕਲ ਹੈ ਜੀ ਇਹ ਵਾਲਾ ਬਹੁਤ ਹੀ ਸੋਹਣਾ ਕਨਸੈਪਟ ਹੈਗਾ ਐਂਡ ਆ ਗਾਰੰਟੀ ਉਹ ਜਦ ਵੀ ਤੁਸੀਂ ਸਟਿਚ ਕਰਕੇ ਇਹਨੂੰ ਵੇਅਰ ਕਰੋਗੇ ਇਹਦੀ ਜਿਹੜੀ ਲੁੱਕ ਹੈ ਉਹ ਬਹੁਤ ਹੀ ਮਾਰਵਲਸਾਨ ਵਾਲੀ ਹੈ ਆਈਟਮ ਨੰਬਰ 9 ਔਰ ਇਹਦੀ ਰੇਂਜ ਆਏਗੀ 2795 ਚਲੋ ਜੀ ਨੈਕਸਟ ਆ ਚੋ ਕਰਕੇ ਨੈਕਸਟ ਉਹਨੂੰ ਪਿਓਰ ਲਖਨਵੀ ਦਾ ਇੱਕ ਕਨਸੈਪਟ ਦਿਖਾ ਰਹੇ ਹਾਂ ਜੀ ਇਹ ਚੀਜ਼ ਕਾਫੀ ਅੱਛੀ ਚੱਲਦੀ ਹੈ ਬਹੁਤ ਸਮਾਰਟ ਬੰਦਾ ਸਟਿਚ ਹੋ ਗਿਆ ਇਹ ਵਾਲਾ ਪੀਸ ਇੱਕ ਵਾਰੀ ਮੈਂ ਤੁਹਾਨੂੰ ਦੂਰੋਂ ਲੁੱਕ ਦਿਖਾ ਰਹੀ ਹਾਂ ਦੀ ਸਾਰੇ ਪੀਸ ਦੀ ਇਸ ਤਰ੍ਹਾਂ ਲੁੱਕ ਆਏਗੀ نیچے ਤੁਸੀਂ ਦੇਖ ਸਕਦੇ ਹੋ ਜਿਹੜਾ ਵਰਕ ਹੈ ਸਾਰਾ ਲਖਨਵੀ ਦੇ ਵਿੱਚ ਆਏਗਾ ਪਰ ਜਿਹੜਾ ਬੇਸ ਕਲਰ ਹੈ ਗਾਜਰੀ ਨਾਲ ਹੀ ਸੇਮ ਕਰਦਾ ਆਏਗਾ ਆਪਣਾ ਲਖਨਵੀ ਵਰਕ ਉਹਦੇ ਨਾਲ ਕੰਟਰਾਸਟ ਥੋੜਾ ਮਿਲਕੀ ਵਾਈਟ ਦੇ ਵਿੱਚ ਸਾਰਾ ਕੰਮ ਕੀਤਾ ਹੋਇਆ ਇਸ ਤਰ੍ਹਾਂ ਸਾਰਾ ਸੂਟ ਦੀ ਲੁੱਕ ਆਏਗੀ ਜੀ ਪੈਨਲ ਸਟਾਈਲ ਦੇ ਵਿੱਚ ਸਾਈਡਸ ਤੇ ਇਸ ਤਰ੍ਹਾਂ ਫਲਾਵਰ ਹੈਗੇ ਨੇ ਔਰ ਸੈਂਟਰ ਵਿੱਚ ਪੈਨਲ ਆਏਗਾ ਪੈਨਲ ਜਦ ਤੁਸੀਂ neck ਤੱਕ ਜਾਓਗੇ ਤਾਂ neck ਦੇ ਵਿੱਚ ਤੁਹਾਨੂੰ ਇਸ ਤਰ੍ਹਾਂ ਫਿਨਿਸ਼ਿੰਗ ਮਿਲੇਗੀ ਪੋਲਕਾ ਡਾਟਸ ਦੀ ਫਿਨਿਸ਼ਿੰਗ ਹੈ ਇਸ ਪੀਸ ਦੇ ਵਿੱਚ ਇਹ ਲੁੱਕ ਆਏਗੀ ਜੀ ਸਾਰੇ ਸੂਟ ਦੀ ਇਹਦੇ ਜਿਹੜੇ ਤੁਸੀਂ ਸਾਰੇ ਸੂਟ ਦੇਖ ਰਹੇ ਹੋ ਜੀ ਲੈਂਥ ਅਪਰੋਕਸੀਮੇਟਲੀ ਸਭ ਦੀ ਹੋਏਗੀ 48 49 ਦੀ ਔਰ ਸਪੈਸ਼ਲ ਚੀਜ਼ ਹੈ ਜੀ ਇਹਦੇ ਬੈਕ ਦੇ ਵਿੱਚ ਵੀ ਸੇਮ ਇਸ ਤਰ੍ਹਾਂ ਫਲਾਵਰਜ਼ ਆਨਗੇ ਸ਼ਰਟ ਦੇ ਨਾਲ ਤੁਹਾਨੂੰ 슬ੀਵਸ ਤੇ ਵੀ ਐਮਬਰਾਇਡਰੀ ਮਿਲੇਗੀ 슬ੀਵਸ ਤੇ ਵੀ ਬਾਜੂ ਤੇ ਵੀ ਸਾਰਾ ਕੰਮ ਆਏਗਾ ਜਿਹੜਾ ਇਹਦਾ ਬਾਟਮ ਹੈ ਜੀ ਉਹ ਇਸ ਤਰ੍ਹਾਂ ਕੰਟਰਾਸਟ ਰਹੇਗਾ ਪੋਲਕਾ ਡਾਟਸ ਵਾਲਾ ਮਿਲਕੀ ਵਾਈਟ ਔਰ ਪਿੰਕ ਕਲਰ ਦੇ ਵਿੱਚ ਆਏਗਾ ਔਰ ਇਹਦੇ ਪੌਂਚੇ ਤੇ ਤੁਹਾਨੂੰ ਸਾਰਾ ਵਰਕ ਮਿਲੇਗਾ ਜੀ ਲਖਨਵੀ ਇਹਦੇ ਤੁਸੀਂ ਚਿਕਨ ਦੀ ਪੈਂਟਸ ਜਾਂ ਕੁਛ ਵੀ ਨਾਲ ਸਟਿਚ ਕਰਾ ਸਕਦੇ ਹੋ ਇਸ ਤਰ੍ਹਾਂ ਲੌਂਗ ਸ਼ਰਟ ਨਾਲ ਦੁਪੱਟਾ ਵੀ ਤੁਹਾਨੂੰ ਦਿਖਾ ਰਿਹਾ ਜੀ ਲਾਈਟ ਵੇਟ ਦੁਪੱਟਾ ਹੈਗਾ ਸ਼ਿਫੋਨ ਦਾ ਇਹ ਤੁਹਾਨੂੰ ਦਿਖਾ ਦਿੱਤਾ ਕਿ ਹੋਣੇ ਪਹਿਲਾਂ ਦੱਸ ਚੁੱਕੇ ਹਾਂ ਆਈਟਮ ਨੰਬਰ 10 ਹੈਗੀ ਸਾਡੀ ਅੱਜ ਦੀ ਔਰ ਇਹਦੀ ਰੇਂਜ ਆਏਗੀ 3610 3610 ਦੀ ਰੇਂਜ ਵਿੱਚ ਆਏਗਾ ਚਲੋ ਜੀ ਨੈਕਸਟ ਇੱਕ ਵਾਰੀ ਬਾਜੀ ਸਾਡੇ ਨੰਬਰ ਸੇ ਇੱਕ ਵਾਰੀ ਸਾਰੇ ਆਡੀਅנס ਨੂੰ ਫਿਰ ਤੋਂ ਦਿਖਾ ਦਿਓ ਇਹ ਸਾਡੇ 3 WhatsApp ਨੰਬਰ ਜਿਹੜੇ ਨੂੰ ਵੀ ਆਰਟੀਕਲਸ ਪਸੰਦ ਕਰ ਲਏ ਨੇ ਤੁਸੀਂ ਇਹਨਾਂ ਦੇ ਉੱਤੇ ਸਾਡੇ WhatsApp ਤੇ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਤੁਹਾਨੂੰ ਬਾਰ ਬਾਰ ਇਸ ਲਈ ਕਹਿ ਰਹੇ ਜੀ ਨੰਬਰਸ ਦੇ ਵਿੱਚ ਆਰਡਰ ਪਲੇਸ ਕਰਨ ਲਈ ਕਿਉਂਕਿ ਸਾਰੇ ਜਿਹੜੇ ਆਰਟੀਕਲਸ ਨੇ ਥੀਸ ਆਰ ਅਵੇਲੇਬਲ ਇਨ ਵੈਰੀ ਲਿਮਿਟਡ ਕੁਆਂਟੀਟੀ ਸੋ ਜਿਹਨਾਂ ਨੂੰ ਵੀ ਅੱਛਾ ਲੱਗਿਆ ਤੁਸੀਂ ਨਾਲ ਨਾਲ ਆਪਣਾ ਆਰਡਰ ਪਲੇਸ ਕਰ ਦਿਓ ਨੈਕਸਟ ਚੱਲਦੇ ਹਾਂ ਜੀ ਆਪਾਂ ਹੁਣ ਜੈਪੁਰੀ ਆਰਟੀਕਲ ਦੇ ਵਿੱਚ 2 ਨੰਬਰ ਆਈਟਮ ਤੇ 4 ਨੰਬਰ ਆਈਟਮ ਭਾਜੀ ਸਿਮਰਨ ਜੀ ਨੇ ਬੁੱਕ ਕਰਦੇ ਹੋ। ਠੀਕ ਹੈ ਜੀ। ਲੋ ਜੀ। ਚਿਕਨ ਸਾ ਸਾਰਾ ਪੀਸ ਆਏਗਾ ਜੀ ਸ਼ਰਟ ਸਾਰੀ ਚਿਕਨ ਬੋਰਿੰਗ ਦੇ ਵਿੱਚ ਆਏਗੀ। ਇਸ ਤਰ੍ਹਾਂ ਸਾਰੀ ਲੌਂਗ ਸ਼ਰਟ ਬਣੀ ਹੋਈ ਹੈ ਜੀ ਤੁਸੀਂ ਇੱਕ ਵਾਰੀ ਦੇਖ ਸਕਦੇ ਹੋ ਨਜ਼ਦੀਕ ਤੋਂ। ਇਹ ਹਲਕੀ ਜਿਹੀ ਵਿੱਚ ਟ੍ਰਾਂਜ਼ੀ ਹੁੰਦੀ ਹੈਗੀ ਹੈ ਬਹੁਤ ਅੱਛੀ ਲੁੱਕ ਆਂਦੀ ਹੈ ਪੀਸ ਦੀ ਬਣ ਕੇ। ਇਹਦੇ ਨਾਲ ਜਿਹੜਾ ਨੈਕ ਹੈਗਾ ਜੀ ਉਹ ਵੀ ਬਹੁਤ ਸਮਾਰਟ ਹੈਗਾ। ਇਸ ਤਰ੍ਹਾਂ ਕਾਂთა ਸਟਿਚ ਵਿੱਚ ਸਾਰਾ ਨੈਕ ਬਣ ਆਏਗਾ ਜੀ। ਜੈਪੂਰੀ ਲੁੱਕ ਦੇ ਵਿੱਚ ਸ਼ਰਟ ਦਾ ਜੋ ਫਰੰਟ ਹੈ ਬੈਕ ਵੀ ਸੇਮ ਰਹੇਗਾ ਇਹਦੇ ਨਾਲ ਜਿਹੜੀ ਸਪੈਸ਼ਲ ਚੀਜ਼ ਹੈ ਉਹ ਇਹਦੀ ਬਾਟਮ ਹੈ ਬਾਟਮ ਇਹਦੀ ਕੰਟਰਾਸਟ ਰਹਿੰਦੀ ਹੈ ਪਿਓਰ ਕਾਟਨ ਦੀ ਕੰਟਰਾਸਟ ਗ੍ਰੇ ਕਲਰ ਦੀ ਆਏਗੀ ਔਰ ਦੁਪੱਟਾ ਵੀ ਨਾਲ ਦੇ ਨਾਲ ਗ੍ਰੇ ਕਲਰ ਦਾ ਆਏਗਾ ਜੀ ਜੈਪੂਰੀ ਸਟਾਈਲ ਦੇ ਵਿੱਚ ਬਿਲਕੁਲ ਸੌਫਟ ਕਾਟਨ ਦਾ ਦੁਪੱਟਾ ਆਇਆ ਹੈ ਇਹਦੇ ਵਿੱਚ ਇਹ ਤੁਸੀਂ ਕਿੱਥੇ ਵੀ ਦੇਖੋ ਜੀ ਯੂਜ਼ ਕਰ ਸਕਦੇ ਹੋ ਲੁੱਕ ਬਹੁਤ ਸਮਾਰਟ ਹੈ ਇਸ ਪੀਸ ਦੀ ਇਹ ਲੁਕਾਣੀ ਜੀ ਸਾਰੇ ਕਨਸੈਪਟ ਦੀ ਕਰੀਮ ਇੰਟੂ ਗ੍ਰੇ ਕਲਰ ਦੀ ਆਈਟਮ ਨੰਬਰ ਸਾਡੀ ਅੱਜ ਦੇ 11 ਹੈਗੀ ਆ ਬਹੁਤ ਰੀਜ਼ਨੇਬਲ ਰੇਂਜ ਦੇ ਵਿੱਚ ਹੈਗਾ ਇਹ ਵਾਲਾ 1960 ਦੀ ਰੇਂਜ ਵਿੱਚ ਚਲੋ ਜੀ ਨੈਕਸਟ ਨੈਕਸਟ ਉਹਨੂੰ ਪ੍ਰਿੰਟਿੰਗ ਦਿਖਾ ਰਹੇ ਹਾਂ ਜੀ ਅਸੀਂ ਬੜੇ ਦੇ ਵਿੱਚ ਸਪੈਸ਼ਲ ਚੀਜ਼ ਹੈ ਕਿ ਇਹ ਬਨਾਰਸੀ कॉटन ਦੇ ਬਨਾਰਸੀ ਫੈਬਰਿਕ ਤੇ ਪ੍ਰਿੰਟਿੰਗ ਹੈ ਜੀ ਪਿਓਰ ਮੋਡਲ कॉटन ਦਾ ਸੂਟ ਆਇਆ ਹੈਗਾ ਜੀ ਇਹ ਵਾਲਾ ਪਿਓਰ ਮੋਡਲ कॉटन ਕਹਿੰਦਾ ਮਤਲਬ ਹੈ ਜੀ ਕਿ ਦਿਸ ਇਜ਼ ਦਾ कॉटन ਕੋਈ ਵੀ ਉੱਪਰ ਕਾਟਨ ਬਣਾਣੇ ਗਏ ਆ ਉਹਦੇ ਵਿੱਚ ਜਿਹੜੀ ਮੋਡਲ ਕਾਟਨ ਹੈ ਹਮੇਸ਼ਾ ਇੱਕ ਹਾਇਰ ਲੈਵਲ ਤੇ ਹੁੰਦੀ ਹੈ ਖਾਸ ਉਹਦੀ ਕੁਆਲਿਟੀ ਹੁੰਦੀ ਹੈ ਇਸ ਤਰ੍ਹਾਂ نیچے ਤੁਸੀਂ ਦੇਖ ਸਕਦੇ ਹੋ ਪਰਾਦਾ ਜੀ ਇਸ ਤਰ੍ਹਾਂ ਸ਼ੈਂਡਲੇਰ ਦਾ ਸਾਰਾ نیچے ਇਸ ਤਰ੍ਹਾਂ ਆਏਗਾ ਬਾਰਡਰ ਬਣੇ ਸ਼ੈਂਡਲੇਰ ਦਿਸ ਇਜ਼ ਦਾ ਇਸ ਤਰ੍ਹਾਂ ਗ੍ਰੀਨ ਕਲਰ ਦਾ ਬਾਰਡਰ ਹੈ ਉਹਦੇ ਵਿੱਚ ਸੈਕੰਡ ਬਾਰਡਰ ਸਾਰਾ ਇਸ ਤਰ੍ਹਾਂ ਪ੍ਰਿੰਟਡ ਰਹੇਗਾ ਸਾਰੇ ਜਿਹੜੀ ਪ੍ਰਿੰਟਿੰਗ ਹੈ ਜੀ ਤੁਸੀਂ ਦੇਖ ਸਕਦੇ ਹੋ ਬਹੁਤ ਸਮਾਰਟ ਹੈਗੀ ਹੈ ਉੱਪਰ ਜਿਹੜਾ ਹੈਗਾ ਸਾਰਾ ਇਸ ਤਰ੍ਹਾਂ ਸੈਲਫ ਤੇ ਵਿੱਚ ਆਏਗਾ ਪ੍ਰਿੰਟਿੰਗ ਇਹ ਕੁੜੇ ਨੂੰ ਬੈਗ ਤੋਂ ਮੈਂ ਦਿਖਾ ਦਣਾ ਹੈ ਸਾਰੀ ਵੀਵਿੰਗ ਹੈ ਜੀ ਇਹ ਜੋ ਤੁਹਾਨੂੰ ਫਲਾਵਰ ਦਿਖ ਰਹੇ ਨੇ 골ਡਨ ਥਿਸ ਇਸ 올 ਵੀਵਿੰਗ ਵੋਵਨ ਫੈਬਰਿਕ ਦੇ ਉੱਤੇ ਪ੍ਰਿੰਟ ਕਰਕੇ ਸੂਟ ਬਣਾ ਹੈ ਜੀ ਇਹ ਲੋਕਾਇਗੀ ਸਾਰੀ ਸ਼ਰਟ ਦੀ ਬਹੁਤ ਹੀ ਪਿਆਰੀ ਸ਼ਰਟ ਹੈ ਇਹਦੇ ਵਿੱਚ ਇਹਦੇ ਨਾਲ ਜਿਹੜੇ ਹੁਣ ਆਪਣਾ ਬਾਜ਼ੂ ਬਾਜ਼ੂ ਇਸ ਤਰ੍ਹਾਂ ਸੇਮ ਪ੍ਰਿੰਟਡ ਵਿੱਚ ਆਣਗੇ ਜੀ ਫੈਬਰਿਕ ਨੂੰ ਐਕਸਟਰਾ ਮਿਲੇਗਾ ਇਹਦੇ ਨਾਲ ਔਰ ਬਾਟਮ ਆਇਆਗੇ ਇਹਦੇ ਸੇਮ ਜੀ ਇਸ ਤਰ੍ਹਾਂ ਪਿਸਤਾ ਕਲਰ ਦੀ ਪਿਓਰ ਕਾਟਨ ਦੀ ਬਾਟਮ ਹੈਗੀ ਹੈ ਔਰ ਨਾਲ ਦੁਪੱਟਾ ਆਇਆਗਾ ਜੀ ਇਸ ਤਰ੍ਹਾਂ ਬਹੁਤ ਪਿਆਰਾ मोडाल कॉटन का दुप्टा है जी दुपट्टे प्रिंटिंग देख सकते हो बहुत प्यारी ही सारी है सारी कंटेंपरेरी लुक केपा है लोग आने जी सारे कॉन्सैप्टी आइटम नंबर साड़ी अच्छी ट्वेल्व हैगी रेंज आएगी थ्री नाइन वन जीरो थर्टी नाइन टेन की रेंज में आएगा चलो जी नैक्सट नैक्सट सूट जी बहुत स्पैशल है बहुत प्यारी प्रिंटिंग है ये फ्लोरल प्रिंटिंग तो देखी होगी काफ़ी कलर्स की इस वाले जेडे कलर्स ने सिर्फ थ्री कलर यूज किए हुए हैं गाजरी है पीच है और ग्रे है लुक देखना जी इस पीस की प्रिंटिंग बहुत ही प्यारी है <coughs> इस तरह सारी शर्ट के उत्ते प्रिंटिंग आएगी नाल जरा नैक बनया हुआ वन साइड के पोलका बटनस है इस तरह पोटली बटनज वन साइड से सारी फिनिशिंग आएगी इस तरह इस शर्ट का फरंट है जी बैक भी सेम आएगा ਪ੍ਰਿੰਟਿੰਗ ਦੇ ਵਿੱਚ ਔਰ ਨਾਲ ਪਿਓਰ ਜਿਹੜੀ ਕਾਟਨ ਦੇ ਨਾਲ ਬਾਟਮ ਆਏਗੀ نیچے ਇਹ ਲੋ ਕਾਨੀ ਜੀ ਸਾਰੀ ਸ਼ਰਟ ਦੀ ਅਗੇਨ ਦੇਖ ਲੋ ਇੱਕ ਵਰੀ ਸ਼ਰਟ ਬਹੁਤ ਪਿਆਰੀ ਹੈ ਹੁਣ ਤੁਹਾਨੂੰ ਨਾਲ ਦੁਪੱਟਾ ਦਿਖਾ ਰਿਹਾ ਜੀ ਦੁਪੱਟਾ ਆਏਗਾ ਪਿਓਰ ਕੋਟਾ ਕਾਟਨ ਦਾ ਔਰ ਨਾਲ ਉਹਦੇ ਚਾਰੋਂ ਸਾਈਡ ਸੇ ਵਰਕ ਦੇਖੋ ਜੀ ਕਿੰਨਾ ਪਿਆਰਾ ਕੀਤਾ ਹੋਇਆ ਸਾਰਾ ਐਪਲੀਕ ਵਰਕ ਆਏਗਾ ਰੇਸ਼ਮ ਦਾ ਸਾਰਾ ਕੰਮ ਕੀਤਾ ਹੋਇਆ ਕਾਰਨਰਸ ਸਾਰੇ ਤੇ ਚਾਰੋਂ ਕਾਰਨਰਸ ਸੇ ਇਸ ਤਰ੍ਹਾਂ ਸਾਰਾ ਵਰਕ ਆਏਗਾ ਇੱਕ ਵਰੀ ਮੈਂ ਤੁਹਾਨੂੰ ਦੂਰੋਂ ਦਿਖਾ ਦਿੰਨਾ ਜੀ ਦੁਪੱਟੇ ਦੀ ਲੁੱਕ ਬਹੁਤ ਪਿਆਰੀੀ ਗਈ ਹੈ ਸਾਰਾ 3D ਵਰਕ ਦੇ ਵਿੱਚ ਦੁਪੱਟਾ ਬਣਿਆ ਹੋਇਆ ਹੈ ਇਹ ਵਾਲਾ ਚਾਰੇ ਸਾਈਡਸ 'ਤੇ ਸਕੈਲਪਿੰਗ ਹੈ ਔਰ ਨਾਲ ਰੇਸ਼ਮ ਦਾ ਕੰਮ ਆਏਗਾ ਪ੍ਰੋਪਰ ਪਾਰਟੀ ਵੇਅਰ ਤੁਸੀਂ ਇਹਨੂੰ ਵੇਅਰ ਵੀ ਕਰ ਸਕਦੇ ਹੋ ਗਿਓ ਆਈਟਮ ਨੰਬਰ 13 ਹੈ ਔਰ ਇਹਦੀ ਰੇਂਜ ਆਏਗੀ 3185 3185 ਦੀ ਰੇਂਜ ਆਏਗਾ ਜੀ ਪੀਸ ਹੈ ਚਲੋ ਜੀ ਨੈਕਸਟ ਅਗਲਾ ਤੁਹਾਨੂੰ ਕੁਝ ਬਲੈਕ ਕਲਰ ਦੇ ਵਿੱਚ ਦਿਖਾ ਰਿਹਾ ਜੀ ਮਾਡਰਨ ਸੂਟ ਹੈ ਇਹ ਵਾਲਾ ਸਿੰਪਲ ਸੋਬਰ ਹੈ এলিਗੈਂਟ ਪੀਸ ਹੈਗਾ ਗੰਗਾ ਬ੍ਰਾਂਡ ਦੇ ਵਿੱਚ ਆਇਆ ਗਿਆ ਨਾਲੇ ਬਹੁਤ ਫੇਮਸ ਬ੍ਰਾਂਡ ਹੈ ਜੀ ਇਹ ਵਾਲਾ ਪਿਓਰ ਫੈਬਰਿਕ ਯੂਜ਼ ਕਰਦੇ ਨੇ ਹਮੇਸ਼ਾ ਪਿਓਰ ਕਾਟਨ ਔਰ ਬਲੈਕ ਕਲਰ ਦੇ ਵਿੱਚ ਆਇਆ ਜੀ ਪੀ 7 ਵਾਲਾ ਇਹਦੇ ਵਿੱਚ ਸਾਰੇ ਜਿਹੜੀ ਪ੍ਰਿੰਟਿੰਗ ਬੜੀ ਮਾਡਰਨ ਹੈਗੀ ਹੈ ਬਿਲਕੁਲ ਨਵੀਂ ਚੀਜ਼ ਹੈਗੀ ਜੀ ਇਹ ਕਨਸੈਪਟ ਬਹੁਤ ਪਿਆਰਾ ਹੈ ਇਹਦੇ ਵਿੱਚ ਸਾਰਾ ਐਬਸਟ੍ਰੈਕਟ ਪ੍ਰਿੰਟ ਦੇ ਵਿੱਚ ਆਏਗਾ ਔਰ neck ਹਲਕਾ ਜਿਹਾ ਬਣਾਇਆ ਗਿਆ ਇਸ ਤਰ੍ਹਾਂ ਰੇਸ਼ਮ ਦੇ ਨਾਲ ਥ्रेड ਵਰਕ ਨਾਲ ਸਾਰਾ neck ਬਣਿਆ ਹੋਇਆ ਹੈ ਇਹਦੇ ਵਿੱਚ ਕੇਰੇ ਦੇ ਵੀ ਥੋੜੀ ਜਿਹੀ ਐਮਬਰਾਇਡਰੀ ਆਈ ਗਈ ਜੀ ਫਿਨਿਸ਼ਿੰਗ ਦੇ ਵਿੱਚ ਇਹਦੇ ਨਾਲ ਜਿਹੜਾ ਬਾਟਮ ਹੈ ਜੀ ਉਹ ਵੀ ਸੇਮ ਬਲੈਕ ਕਲਰ ਦਾ ਆਏਗਾ ਜੀ ਪਿਓਰ ਕਾਟਨ ਦਾ ਬਾਟਮ ਆਏਗਾ ਬਲੈ ਔਰ ਨਾਲ ਜਿਹੜਾ ਦੁਪੱਟਾ ਆਇਆਗਾ ਜੀ ਇਹਦੇ ਵਿੱਚ ਸ਼ਿਫੌਨ ਦਾ ਦਿੱਤਾ ਹੈ ਦੁਪੱਟਾ ਚਿਨੌਨ ਸ਼ਿਫੌਨ ਬੇਸ ਤੇ ਦੁਪੱਟਾ ਆਇਆਗਾ ਜੀ ਤੇ ਦੁਪੱਟੇ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਪ੍ਰਿੰਟਿੰਗ ਵੀ ਬਹੁਤ ਸਮਾਰਟ ਕੀਤੀ ਹੋਈ ਹੈ ਇਹ ਸੋਹਣੀ ਚੀਜ਼ ਹੈ ਜੀ ਕੋਈ ਵੀ ਏਜ ਗਰੁੱਪ ਇਹਨੂੰ ਵੇਅਰ ਵੀ ਕਰ ਸਕਦਾ ਹੈ ਆਲਸੋ ਇਹ ਦਿਸ ਕੈਨ ਬੀ ਯੂਜ਼ਡ ਐਨੀਵੇਅਰ ਅਗਰ ਤੁਸੀਂ ਕੋਈ ਕੈਜੂਅਲ ਜਾਂ ਫਿਰ ਆਫਿਸ ਵੇਅਰ ਯੂਜ਼ ਕਰਨਾ ਚਾਹੁੰਦੇ ਹੋ ਉਸ ਤੇ ਵੀ ਯੂਜ਼ ਕਰ ਸਕਦੇ ਕਿਉਂ ਆਈਟਮ ਨੰਬਰ 14 ਹੈਗੀ ਹੈ ਜੀ ਔਰ ਇਹਦੀ ਰੇਂਜ ਦੇਖੋ ਕਿੰਨੀ ਰੀਜ਼ਨੇਬਲ ਹੈ ਸਿਰਫ 1765 ਦੀ ਰੇਂਜ ਵਿੱਚ ਆਏਗਾ 1765 ਓਨਲੀ सर प्रियंका जी कृष्णा कर। पैक करो रात सात -साथ पैक कर दो सुबह सबका डपैच नैक्स चल रहे जी हम इस तरह स्ट्राइब कॉन्सैप्ट आएगा ए वाला कॉन्सैप्ट बहुत प्यार है जी कलर बड़े प्यार यूज किए हुए हैं इस तरह नीचे घेरा देख सकते क्यों घेरा सारा इस तरह चिकन का आएगा नाल गोल्डन बॉर्डरस लगे होने जोड़ी प्रिंटिंग है जी वो भी बहुत प्यारी है सारी शर्ट के लुक आएगी जिमें सारे कलर्स है वॉटर कलर्स है बट सारी प्रिंटिंग दाय पीस है वाला इस तरह लोंग शर्ट बनेगी जीद भी सेम है ये जरा बॉटम है वह पिस्ता कलर का आएगा प्योर कॉटन का कॉन्ट्रास्ट बॉटम है नाल दुप्टा भी कॉन्ट्रास्ट आएगा जी बहुत ही प्यारा दुपट्टा बनया हुया चारों साइड से जी सकैपिंग रहेगी दुप्टे اور ਨਾਲ فلاورز ਹੈਗੇ ਨੇ ਇਸ ਤਰ੍ਹਾਂ ਬਹੁਤ ਸੋਹਣੀ ਐਮਬਲੋਇਡਰੀ ਕੀਤੀ ਹੋਈ ਹੈ ਗਾਜਰੀ ਔਰ ਪੀਚ ਕਰਦੀ ਸਾਰੀ ਐਮਬਲੋਇਡਰੀ आएगी मस्टर्ड कलर ਦਾ पाउडर है गए बो, दे विच आइटम नंबर ਸਾਡੀ ਅੱਜ ਦੀ ਹੈਗੀ ਹੈ ਬਲੀ 15 ਔਰ ਇਹਦੀ ਰੇਂਜ आएगी 2995 2995 ਦੀ ਰੇਂਜ ਆਏਗਾ ਜੀ ਪੀਸ ਹੈ ਬਲੀ ਚਲੋ ਜੀ ਨੈਕਸਟ ਸੋ ਮੈਗ ਜੀ ਪੁੱਛ ਰਹੇ ਨੇ 15 ਨੰਬਰ ਪੀਸ 2 ਪੀਸ ਮਿਲ ਜਾਣਗੇ ਮਿਲ ਜਾਣਗੇ ਪੀਸੇ ਜਿਹੜੇ ਵੀ ਤੁਸੀਂ ਚਾਹੋਗੇ ਜੀ ਕੋਈ ਵੀ ਆਰਟੀਕਲ ਤੁਹਾਨੂੰ ਪਸੰਦ ਹੈਗਾ ਉਹਦੇ ਵਿੱਚ ਕੁਆਂਟੀਟੀ ਤੁਹਾਨੂੰ ਡਬਲ ਸਿੰਗਲ ਜਿਹੜੀ ਵੀ ਤੁਹਾਨੂੰ ਚਾਹੀਦੀ ਹੈ ਮਿਲ ਜਾਏਗੀ ਜੀ 2 3 ਪੀਸਸ ਸਬ ਦੇ ਵਿੱਚ ਮਿਲ ਜਾਣਗੇ ਨੈਕਸਟ ਉਹਨੂੰ ਦਿਖਾ ਰਹੇ ਹਾਂ ਜੀ ਹੁਣ ਮੋਡਲ कॉटन ਦੇ ਉੱਤੇ ਪਿਓਰ ਦੇ ਉੱਤੇ ਇੱਕ ਹੋਰ ਕਨਸੈਪਟ ਹੈਗਾ ਇਹ ਵੀ ਤੁਸੀਂ ਦੇਖ ਸਕਦੇ ਹੋ ਕਲਰ ਕੰਬੀਨੇਸ਼ਨ ਬਹੁਤ ਪਿਆਰੇ ਯੂਜ਼ ਕੀਤੇ ਹੋਏ ਨੇ ਕਿਰਾ ਦੇਖੋ ਬਹੁਤ ਸਮਾਰਟ ਬਣੇ ਹੋਏ ਜੀ ਇਸ ਤਰ੍ਹਾਂ ਹੈਂਡਵਰਕ ਦੇ ਵਿੱਚ ਕਿਰਾ ਜੀ ਸਾਰਾ ਨੋਟ ਵਰਕ ਯੂਜ਼ ਕੀਤਾ ਹੋਇਆ ਹੈ ਨੀਚੇ ਥ੍ਰੈਡ ਦਾ ਕੰਮ ਹੈ ਸਾਰਾ ਨੀਚੇ ਇਹਦੇ ਵਿੱਚ ਉੱਪਰ ਸਾਰੀ ਪ੍ਰਿੰਟਿੰਗ ਆਏਗੀ ਜੀ ਇਸ ਤਰ੍ਹਾਂ ਇਹਦੇ ਵਿੱਚ ਵੀ ਸੂਟ ਦੇ ਵਿੱਚ ਹਲਕੀ ਜੀ ਤੁਸੀਂ ਦੇਖ ਸਕਦੇ ਹੋ ਵੀਵਿੰਗ ਹੈਗੀ ਆ ਬਿਲਕੁਲ ਲਾਈਟ ਵੇਟ ਜੀ ਵੀਵਿੰਗ ਆ ਗਈ ਇਹਦੇ ਵਿੱਚ ਉੱਪਰ ਦਾ ਸ਼ਰਟ ਦੇ ਲੋਕ ਬਹੁਤ ਪਿਆਰੀ ਜੀ ਇਹਦੇ ਨਾਲ ਫਰੰਟ ਐਂਡ ਬੈਕ ਸੇਮ ਰਹੇਗਾ ਇਹਦੇ ਵਿੱਚ ਬੈਕ ਤੇ ਵੀ ਸੇਮ ਆਏਗੀ ਪ੍ਰਿੰਟਿੰਗ ਨਾਲ ਇਸ ਤਰ੍ਹਾਂ ਓਨੀਅਨ ਪਿੰਕ ਕਲਰ ਦਾ ਬਾਟਮ ਹੈ ਪਿਓਰ ਕਾਟਨ ਦਾ ਔਰ ਨਾਲ ਜਿਹੜਾ ਦੁਪੱਟਾ ਆਏਗਾ ਜੀ ਉਹ ਵੀ ਬਹੁਤ ਸਮਾਰਟ ਹੈ ਮੋਡਲ ਕਾਟਨ ਦਾ ਦੁਪੱਟਾ ਆਏਗਾ ਜੀ ਦੁਪੱਟੇ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜਿਹੜੀ ਪ੍ਰਿੰਟਿੰਗ ਦਾ ਕਲਰ ਇਫੈਕਟ ਹੈ ਉਹ ਬਹੁਤ ਪਿਆਰਾ ਹੈ ਗ੍ਰੇ ਦੇ ਨਾਲ ਪਿੰਕ ਕਲਰ ਦਾ ਸਾਰਾ ਇਸ ਤਰ੍ਹਾਂ ਓਮਬਰੇ ਲੁੱਕ ਦੇ ਵਿੱਚ ਦੁਪੱਟਾ ਹੈਗਾ ਔਰ ਬਾਰਡਰਸ ਬੜੇ ਪਿਆਰੇ ਬਣੇ ਹੋਏ ਨੇ ਪੱਲੇ ਬਹੁਤ अच्छे ਬਣੇ ਹੋਏ ਨੇ ਦੁਪੱਟੇ ਦੇ ਇਹ ਲੁੱਕ आएगी ਜੀ ਸਾਰੇ ਕਨਸੈਪਟ ਦੀ ਆਈਟਮ ਨੰਬਰ ਸਾਡੀ ਅਜ ਦੀ 16 ਹੈਗੀ ਹੈ ਜੀ ਔਰ ਇਹਦੀ ਰੇਂਜ ਆਏਗੀ 3620 3620 ਦੀ ਰੇਂਜ ਵਿੱਚ ਆਏਗਾ ਪੀ 7 ਚਲੋ ਜੀ ਨੈਕਸਟ ਅਗਲੇ ਤੁਹਾਨੂੰ ਦੋ ਸੂਟ ਹੋਰ ਦਿਖਾ ਰਹੇ ਹਾਂ ਜੀ ਇਹ ਵਾਲੇ ਵੀ ਪਿਓਰ ਦੇ ਉੱਤੇ ਆਣਗੇ ਬੈਂਜੋ ਫੈਬਰਿਕ ਦੇ ਵਿੱਚ ਬੈਂਜੋ ਕਾਟਨ ਤੇ विदआउट लाइनिंग स्टिच करा सदते हो फैब्रिक बहुत एक्सलेंट है जी और कलर मैचिंग बहुत प्यारी हैगी इस तरह येलो एंड ग्रे टोन पीस आएगा विद जगजैक्ट प्रिंटिंग बहुत प्यारी लुक पीस हैगा जी तो देख सकते हैं और इस तरह चीज़ें जी विदाउट एम्ब्रॉयडरी आंधिया ने एसू कुछ भी अपना स्टिचिंग आर्ट करा चाहते हैं कुछ डिजाइनिंग करवाना चाहते हो इस तरह करवा सकते हैं शर्ट का जोड़ा फ्रंट बैक सेम है जी बिल्कुल सॉफ्ट है फैब्रिक बहुत सुपीरियर हैगा बेंजो फैबरिक ਨਾਲ ਜਿਹੜੀ ਬਾਟਮ ਹੈ ਹੋਏਗੀ ਲੇਮਨ ਕਲਰ ਦੀ ਇਸ ਦੇ ਨਾਲ ਜਿਹੜਾ ਦੁਪੱਟਾ ਹੈ ਜਿ ਉਹ ਵੀ ਬਹੁਤ ਸਮਾਰਟ ਬਣਿਆ ਹੋਇਆ ਦੁਪੱਟਾ ਵੀ ਸਾਰਾ ਸੇਮ ਫੈਬਰਿਕ ਬੈਂਜੋ ਦਾ ਹੀ ਆਏਗਾ ਲਾਈਟ weight ਸੈਂਟਰ ਵਿੱਚ ਸਾਰੀ ਇਸ ਤਰ੍ਹਾਂ ਜ਼ਿਕ-ਜ਼ੈਗ ਹੈ ਔਰ ਬਾਕੀ ਸਾਰੇ ਚਾਰੋਂ ਸਾਈਡਸ ਦੇ ਉੱਤੇ ਪੱਲੇ ਦੇ ਉੱਤੇ ਇਸ ਤਰ੍ਹਾਂ ਹੈਵੀ ਤਿੰਨ ਚਾਰ ਬਾਰਡਰਸ ਬਣੇ ਹੋਏ ਨੇ ਇਹ ਲੁੱਕ ਆਏਗੀ ਜੀ ਸਾਰੇ ਕਨਸੈਪਟ ਕੀ ਗ੍ਰੇ ਦੇ ਨਾਲ ਮਸਟਰਡ ਨਾਲ ਔਰ ਜ਼ਿਕ-ਜ਼ੈਗ ਸਾਰੀ ਇਸ ਤਰ੍ਹਾਂ ਪ੍ਰਿੰਟਿੰਗ ਕੀਤੀ ਹੋਈ ਹੈ ਆਈਟਮ ਨੰਬਰ ਸਾਰੀਸ ਦੀ 17 ਹੈਗੀ ਹੈ ਜੀ ਔਰ ਇਹਦੀ ਰੇਂਜ ਆਏਗੀ 2895 प्योर बैनजो फैब्रिक है जी ये वाला बहुत तो सॉफ्ट तो है ये और जरा फैब्रिक दील हैगी थोड़े को तो पहुंचेगा इट विल लुक वेरी नाइस चलो जी नैक्सट लो जी अगला एक बेंज़ो जमें दसिया्रिक एक होर सूट है जी यहाँ थोड़ा सा चेंज किया है दुपट्टा बट्टा अं चला छपा दे दवाँगे ਥੋੜੀ ਪਾਰਟੀ ਵੇਅਰ ਲੁੱਕ ਦੇ ਲਈ ਇਸ ਤਰ੍ਹਾਂ ਸਾਰੀ ਸ਼ਰਟ ਆਏਗੀ ਜੀ ਸ਼ਰਟ ਦੇ ਵਿੱਚ ਸਾਰਾ ਜਿਹੜਾ بیس ਹੈਗਾ ਉਹ ਆਏਗਾ ਇਸ ਤਰ੍ਹਾਂ ਬਰਸ਼ਿੰਗ ਇਫੈਕਟ ਦੇ ਵਿੱਚ ਜਿਵੇਂ ਬ੍ਰਸ਼ ਪੇਂਟ ਕੀਤਾ ਹੁੰਦਾ ਹੈ ਅਲੱਗ-ਅਲੱਗ ਕਲਰਸ ਦੇ ਵਿੱਚ ਆਏਗਾ ਸਾਰਾ ਪਿਸਤਾ, ਲੈਮਨ ਐਂਡ ਗ੍ਰੇ ਕਲਰ ਦੇ ਵਿੱਚ ਉੱਪਰ ਸਾਰਾ ਫਲੋਰਲ ਪ੍ਰਿੰਟਿੰਗ ਆਏਗੀ ਇਹ ਲੁੱਕ ਆ ਨੀ ਜੀ ਸਾਰੀ ਸ਼ਰਟ ਦੀ ਇਹਦੇ ਨਾਲ ਜਿਹੜਾ ਬੈਕ ਹੈ ਸ਼ਰਟ ਦਾ ਔਰ ਜਿਹੜਾ ਬਾਟਮ ਹੈ ਇਸ ਤਰ੍ਹਾਂ ਦਾ ਬੈਕ ਆਏਗਾ ਜੀ ਪਹਿਲਾਂ ਔਰ ਨਾਲ ਬਾਟਮ ਆਏਗਾ ਇਸ ਤਰ੍ਹਾਂ ਸੈਲਫ ਪ੍ਰਿੰਟਿੰਗ ਦੇ ਵਿੱਚ ਮਹਿੰਦੀ ਟੋਨ ਦੇ ਉੱਤੇ ਆਏਗਾ ਬਾਟਮ ਇਹਦਾ ਸੈਲਫ ਪ੍ਰਿੰਟਿੰਗ ਦੇ ਵਿੱਚ ਚਨੌਂਚ ਫੋਨ ਨਾਲ ਦੁਪੱਟਾ ਹੈ ਜੀ ਦੁਪੱਟੇ ਦੇ ਚਾਰੋਂ ਸਾਈਡਸ ਦੇ ਉੱਤੇ ਜਿਹੜਾ ਬਾਰਡਰ ਹੈ ਪ੍ਰਿੰਟਿੰਗ ਆਏਗੀ ਸੈਂਟਰ ਪਲੇਨ ਆਏਗਾ ਜੀ ਚਨੌਂਚ ਫੋਨ ਨਾਲ ਇਸ ਤਰ੍ਹਾਂ ਜੀ ਲੁੱਕ ਥੋੜੀ ਜੀ ਪ੍ਰੀਮੀਅਮ ਆਂਦੀ ਹੈ ਤੁਸੀਂ ਇਹਨੂੰ ਪਾਰਟੀ ਵੇਅਰ ਵੀ ਯੂਜ਼ ਕਰ ਸਕਦੇ ਹੋ ਥੈਟਸ ਵਾਈ ਦੁਪੱਟਾ ਨਾਲ ਥੋੜਾ ਅਸੀਂ ਹੋਰ ਅੱਛਾ ਪ੍ਰੀਮੀਅਮ ਲਗਾਇਆ ਹੈ ਇਹ ਸਾਡੀ ਅੱਜ ਦੀ ਆਈਟਮ ਨੰਬਰ 18 ਹੈਗੀ ਹੈ ਜੀ ਔਰ ਇਹਦੀ ਰੇਂਜ ਆਏਗੀ 3410 3410 ਦੇ ਰੇਂਜ ਵਿੱਚ ਆਏਗਾ ਚਲੋ ਜੀ ਨੈਕਸਟ ਨੈਕਸਟ ਜੀ ਲੈਮਨ ਕਲਰ ਦੇ ਵਿੱਚ ਦਿਖਾ ਰਿਹਾ ਤੁਹਾਨੂੰ ਇਹ ਥੋੜਾ ਪਾਰਟੀ ਵੇਅਰ ਟਾਈਪ ਕਨਸੈਪਟ ਹੈਗਾ ਜੀ ਪੀਸ ਦੀ ਲੁੱਕ ਵੀ ਬਹੁਤ ਸਮਾਰਟ ਹੈ ਸਾਰਾ ਐਂਕਰ ਦਾ ਵਰਕ ਆਇਆ ਗਿਆ ਤੇ ਉੱਤੇ ਐਂਕਰ ਥ੍ਰੈਡ ਦਾ ਇਸ ਤਰ੍ਹਾਂ ਲੌਂਗ ਸ਼ਰਟ ਦੀ ਲੁੱਕ ਆਏਗੀ ਜੀ ਤੁਹਾਨੂੰ ਮੈਂ ਇੱਕ ਵਾਰੀ ਐਮਬਰਾਇਡਰੀ ਵੀ ਦਿਖਾਣਾ ਨਜ਼ਦੀਕ ਤੋਂ ਪਹਿਲਾਂ ਤੁਸੀਂ ਬੇਸ ਦੇਖ ਸਕਦੇ ਹੋ ਬੇਸ ਸਾਰਾ ਵੂਵ ਬਣਾਇਆ ਗਿਆ ਜਾਮ ਦੇ ਵਿੱਚ ਆਇਆ ਬਣਿਆ ਹੋਇਆ ਔਰ ਨਾਲ ਇਸ ਤਰ੍ਹਾਂ ਐਂਕਰ ਦੀ ਸਾਰੀ ਆਏਗੀ ਐਮਬਰਾਇਡਰੀ ਦੇ ਉੱਤੇ ਪੀਕਾਕ ਬਲੂ ਰਸਟ ਕਲਰ ਮੈਰੂਨ ਕਰਦੇ ਵਿੱਚ ਸਾਰੀ ਇਸ ਤਰ੍ਹਾਂ ਐਮਬਰਾਇਡਰੀ ਹੈ ਦੀ ਨਾਲ ਪਲੇਸਮੈਂਟ ਦੇ ਵਿੱਚ ਨੈਕ ਤੇ ਵੀ ਇਸ ਤਰ੍ਹਾਂ ਫਲਾਵਰ ਆਏਗਾ ਸੇਮ ਤੁਸੀਂ ਕਲਰਸ ਦੇਖ ਸਕਦੇ ਹੋ ਜੀ ਕਿੰਨੇ ਵਾਈਬਰੈਂਟ ਲੱਗ ਰਹੇ ਨੇ ਇਹਦੇ ਉੱਤੇ λεਮਨ ਕਲਰ ਦੇ ਉੱਤੇ ਨਾਲ ਜਿਹੜਾ ਹੈਗਾ ਬੈਕ ਬੈਕ ਵੀ ਸੇਮ ਆਏਗਾ λεਮਨ ਕਲਰ ਦੇ ਨਾਲ ਬਾਟਮ ਹੈ ਜੀ ਇਹਦੇ ਵਿੱਚ ਪਿਓਰ ਕਾਟਨ ਦੀ ਇਹ ਵੀ ਜਿਹੜਾ ਸੂਟ ਹੈ ਤੁਸੀਂ ਵਿਦਆਊਟ ਲਾਈਨਿੰਗ ਸਟਿਚ ਕਰਵਾ ਸਕਦੇ ਹੋ ਔਰ ਨਾਲ ਦੁਪੱਟਾ ਆਏਗਾ ਜੀ ਪੂਰਾ ਇਸ ਤਰ੍ਹਾਂ ਔਰਗੈਂਜ਼ਾ ਦਾ ਟੂ ਟੋਨ ਦੇ ਵਿੱਚ ਨੇਵੀ ਬਲੂ ਪੱਲੇ ਆਣਗੇ ਜੀ ਔਰ ਜਿਹੜਾ ਸੈਂਟਰ ਚ ਸਾਰਾ ਆਏਗਾ λεਮਨ ਟੋਨ ਦੇ ਵਿੱਚ ਦੁਪੱਟੇ ਦੀ ਲੁੱਕ ਵੀ ਬਹੁਤ ਪਿਆਰੀ ਹੈ ਮਿਨਿਮਲ ਜੀ ਐਮਬਰਾਇਡਰੀ ਹੈ ਪਰ ਜਿਹੜੀ ਲੁੱਕ ਹੈ ਉਹ ਬਹੁਤ ਸਮਾਰਟ ਹੈਗੀ ਹੈ ये लोग जी सारे कॉन्सैप्ट लोंग पीस दी आइटम नंबर दी हैगी नाइनटीन और रेंज आएगी टू फाइव टू फाइव पच्चीस सौ पच्ची, पच्ची रेंज आएगा जी पीस है वाला आइटम नंबर नाइनटीन चलो जी नैक्सट नवजोत मैम सतता जी, जी सताल थैंक यू सो मच थोड़े सारे कॉमेंट्स लिए जी थो तो अगर वीडियो का जोड़ा कॉन्टेंट अच्छा लगे हो जरूर तुम अपने फ्रेंड्स या फैमिलेक करो ਨੈਕਸਟ ਦੇਖੋ ਜੀ ਪ੍ਰਿੰਟਿੰਗ ਦੇਖੋ ਕਿੰਨੀ 스마트 ਹੈਗੀ ਹੈ ਇਹ ਵਾਲੇ ਪੀਸ ਦੀ ਬਹੁਤ ਹੀ ਸੋਹਣਾ ਔਰ ਬਹੁਤ ਹੀ ਨਾਈਸ ਕਨਸੈਪਟ ਹੈ ਇਹ ਵਾਲਾ ਸਿਰਫ ਸੋਲੋ ਕਲਰ ਵਿੱਚ ਬੰਦਾ ਜੀ ਬਲੈਕ ਐਂਡ ਵਾਈਟ ਪ੍ਰਿੰਟਿੰਗ ਸਾਰੀ ਸ਼ਰਟ ਦੇ ਦੇਖੋ ਕਿਸ ਤਰ੍ਹਾਂ ਦੀ ਬਣੀ ਹੋਈ ਹੈ ਔਰ ਬਲੈਕ ਐਂਡ ਵਾਈਟ ਬਾਰੇ ਦੱਸਣਾ ਚਾਹੁੰਗਾ ਜੀ ਕਿ ਇਸ ਤਰ੍ਹਾਂ ਦਾ ਕਲਰ ਹੈ ਕਦੀ ਵੀ ਆਊਟ ਆਫ ਫੈਸ਼ਨ ਨਹੀਂ ਹੁੰਦਾ ਔਰ ਤਰੋ ਕਦੀ ਵੀ ਪੂਰਾ ਨਹੀਂ ਹੋਏਗਾ ਵਾਰਡਰੋਬ ਦੇ ਵਿੱਚ ਇਸ ਤਰ੍ਹਾਂ نیچے ਸਾਰੀ ਮਿਕਸ ਸਾਰੀ ਆਏਗੀ ਮਿਕਸ ਐਂਡ ਮੈਚ ਦੇ ਵਿੱਚ ਪ੍ਰਿੰਟਿੰਗ ਆਏਗੀ ਸਾਰੀ ਨੈਕ ਵੀ ਬਹੁਤ ਸਮਾਰਟ ਬਣਿਆ ਇਸ ਤਰ੍ਹਾਂ কুর্তা ਪੱਟੀ ਦੇ ਵਿੱਚ ਇਹਦੇ ਨਾਲ ਜੋ ਇਹਦਾ ਫਰ फ्रंट बैक ਦੋਨੋ ਸੇਮ ਹੈ ਨਲ ਸਟੀਲ ਗ੍ਰੇ ਕਲਰ ਦੀ ਬਾਟਮ ਆਏਗੀ ਇਹਦੇ ਵਿੱਚ ਬਿਲਕੁਲ ਲਾਈਟ ਗ੍ਰੇ ਕਲਰ ਦੀ ਦੁਪੱਟੇ ਦੇ ਵਿੱਚ ਤੁਹਾਨੂੰ ਅਸੀਂ ਬਹੁਤ ਸੋਹਣੀ ਐਡੀਸ਼ਨ ਦੇ ਰਹੇ ਹਾਂ ਦੁਪੱਟਾ ਆਏਗਾ ਜੀ ਇਸ ਤਰ੍ਹਾਂ ਸਾਰਾ ਡੈਬੀ ਸਿਲਕ ਮੋਡਲ ਕਾਟਨ ਦਾ ਮਲਟੀ ਵਿੱਚ ਸਾਰੀ ਪ੍ਰਿੰਟਿੰਗ ਆਏਗੀ ਜੀ 컬러ਫੁਲ ਜਿਵੇਂ ਤੁਸੀਂ ਦੇਖ ਸਕਦੇ ਹੋ ਗਿਓ ਦੁਪੱਟਾ ਬਹੁਤ ਪਿਆਰਾ ਜੀ ਇਹਦਾ ਜਿਹੜਾ ਕੰਬੀਨੇਸ਼ਨ ਹੈਗਾ ਸ਼ਰਟ ਨਾਲ ਉਹ ਵੀ ਬਹੁਤ ਐਕਸਲੈਂਟ ਹੈਗਾ ਆਈਟਮ ਨੰਬਰ ਸਾਡੀ ਅੱਜ ਦੀ ਹੈਗੀ ਇਹ ਵਾਲੀ 20 ਔਰ ਇਹਦੀ ਰੇਂਜ ਆਏਗੀ 2460 2460 ਦੀ ਰੇਂਜ ਵਿੱਚ ਆਏਗਾ ਜੀ ਇੱਕ ਵਾਰੀ ਵੀਡੀਓ ਜਿਹੜੀ ਸਨ ਖਤਮ ਕਰਨ ਤੋਂ ਪਹਿਲਾਂ ਥੋੜੀ ਜਿਹੀ ਇਨਫੋਰਮੇਸ਼ਨ ਦੇਣਾ ਚਾਹਾਂਗਾ ਜੀ ਸਾਡੇ ਸਟੋਰ ਦੇ ਬਾਰੇ ਪਰ ਤੁਸੀਂ ਸਾਡੇ ਨੰਬਰਸ ਨੋਟ ਕਰ ਲਓ ਜੀ ਜਿਨ੍ਹਾਂ ਨੂੰ ਵੀ ਪੀਸੇਸ ਅੱਛੇ ਲੱਗੇ ਹੋਣ ਤੁਸੀਂ ਆਪਣਾ ਆਰਡਰ ਪਲੇਸ ਕਰਨਾ ਹੈਗਾ ਇਹਨਾਂ ਨੰਬਰਸ ਦੇ ਵਿੱਚ ਕੋਈ ਵੀ ਇੱਕ ਨੰਬਰ ਚੂਜ਼ ਕਰਕੇ ਉਸ ਨੰਬਰ ਤੇ ਤੁਸੀਂ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਫੋਟੋਸ ਭੇਜ ਕੇ ਆਲਸੋ ਆਪਣਾ ਸ਼ਿਪਿੰਗ ਐਡਰੈਸ ਵੀ ਜ਼ਰੂਰ ਮੈਂਸ਼ਨ ਕਰੋ ਜੀ ਐਂਡ ਇੱਕ ਹੋਰ ਗੱਲ ਦੱਸਣਾ ਚਾਹਾਂਗਾ ਕਿਉਂਕਿ ਪੰਜਾਬ ਦੇ ਵਿੱਚ ਲਾਕਡਾਊਨ ਡਿਕਲੇਅਰ ਹੋ ਚੁੱਕਾ ਹੈ ਫਰਮ ਦ ਲਾਸਟ 3 ਡੇਸ ਸੋ ਆਰ ਸਟੋਰਸ ਵਿਲ ਰਿਮੇਨ ਕਲੋਜ਼ਡ ਅਸੀਂ बहुत छोटी है, है जी स्पेस क्रिएट करके थोड़ा जो एक्सकलूसिव टेस्ट के कॉन्सैप्टे वह दिखाते रहोंगे जी एंड वी आर प्लानिंग टू वीडियोज़ डेली हर uh, दिन देडियोज़ दिखावे जिसे हर एक वाली अलग अलग वरायटी होएगी नमें नवे डिजाइनस हो गए रेडीमेड भी आन पार्टवेयर भी आन और अनस्टिच कॉटन सूट्स भी आएंगे पर क्वानिटी सब लिमिटिड है जी सो अपने ऑर्डरस प्लीज़ मेनटेन रखो और डिलवरी साइड वर्ल्ड वाइड अवेलेबल ने कितने भी बैठ के अपना ऑर्डर मंगवा सकते Thank you so much for being with us, Ji. Sashrikant.